ਫਿਰ ਬਹੂ ਦੇ ਮਨ ਦੇ ਵਿੱਚ ਮੇਰੇ ਵਾਸਤੇ ਕਿਤੇ ਨਾ ਕਿਤੇ ਨਫ਼ਰਤ ਭਰੀ ਜਾਂਦੀ ਹੈ। ਤਾਂ ਮੈਂ ਸੋਚਿਆ ਵੀ ਮੈਂ ਕਿਹਾ ਚੱਲ ਮੈਂ ਤੇਰੇ ਕੋਲ ਇਹ ਗੱਲ ਕਰਦੀ ਹਾਂ। ਦੇਖ ਮੈਂ ਤੈਨੂੰ ਹੋਰ ਵੀ ਦੱਸਦਾ, ਆਪਣੀ ਬਹੂ ਵਿਚਾਰੀ ਭੋਲੀ ਹੈ। 99% ਤਾਂ ਆਪਣੇ ਘਰੇ ਰੋਜ਼ ਹੀ ਕਲੇਸ਼ ਹੁੰਦਾ, ਜੇ 101% ਹੋ ਜੂ ਕਿੰਨਾ ਕੁ ਫਰਕ ਪਊਗਾ, ਆ 2% ਦੀ ਫਰਕ ਹੋਊਗਾ। ਉਹ ਫਿਰ ਜੇ ਮਾੜਾ ਜਿਹਾ ਚੇਪੀ ਲਾ ਲੇਗੀ ਮੂੰਹ ਤੇ ਫਿਰ ਕੀ ਫਰਕ ਪੈਂਦਾ, ਜੇ 2-4 ਦਿਨ 10 ਦਿਨ ਗੱਲ ਲੁਕੋ ਲੇਗੀ। ਉਹ ਕਿਵੇਂ ਪਏਗੀ ਬੇ? ਹੋਰ ਪਏਗੀ, ਹੁਣ ਹੋਰ ਮੈਂ ਕਿਹੜਾ ਭੰਗੜਾ ਪਾਉਣਾ ਸੀ, ਪੈਣਾ ਹੀ ਸੀਗਾ। ਉਹ ਜਵਾਬ ਹੈ ਕਿਤੇ ਟੱਪ ਕੇ ਘਰੇ ਕੋਈ ਦਿੰਦੀ ਨਹੀਂ। ਹਾਂ ਇਹ ਚਰਨੋਂ ਥੋੜਾ ਹੀ ਹੈ ਵੀ ਹਰ ਵਕਤ ਘਰੇ ਹੀ ਮਿਲੂ, ਕੋਲੇ ਨਾਲ ਲੱਗੀ ਬੈਠੀ ਰਹੂ। ਟੱਪ ਗਈ ਅਗਲੀ ਲੈ ਕੇ ਆਪਦੇ ਬੰਦੇ ਨੂੰ ਕੱਢ ਕੇ ਟੌਰ, ਅਸੀਂ ਤਾਂ ਕੇ ਜਾਂਦੇ ਹਾਂ ਜੀ ਸ਼ਹਿਰ। ਉਹ ਲਿਆਂਦੀ ਸੀ ਗੂੰਹ ਦੀ ਚੀਚਲੀ ਜਿਹੜੀ ਕੱਲ੍ਹ, ਇਹਨੂੰ ਦਵਾਈ ਦਵਾਉਣ ਜਾਂਦੇ ਹਾਂ ਹੁਣ। ਉਹ ਚੱਲ ਦੁਖਦਾ ਹੋਊ ਕੁਛ, ਫਿਰ ਦਵਾਈ ਵੀ ਦਵਾਉਣੀ ਹੈ, ਇਹ 'ਚ ਲੜਨ ਵਾਲੀ ਕਿਹੜੀ ਗੱਲ ਹੈ ਫਿਰ? ਗੱਲ ਮੈਂ ਲੜਨ ਦੀ ਨਹੀਂ ਕਰਦੀ, ਮਾੜਾ ਮੋਟਾ ਆਪਦੇ ਨੂੰ ਤਾਂ ਦੇਖਣਾ ਚਾਹੀਦਾ, ਉਹਨੂੰ ਅਕਲ ਹੈ ਨਹੀਂ, ਕਿਉਂ ਚੱਕ ਕੇ ਲਿਆ ਕੱਲ ਉਹਨੂੰ। ਓਏ ਉਹਦਾ ਸੁੱਖ ਨਾਲ ਹੁਣ ਵਿਆਹ ਹੋ ਗਿਆ, ਉਹਦੀ ਗੱਲ ਵੀ ਸੁਣਨੀ ਪਊ, ਉਹਨੂੰ ਤਾਂ ਆਪਣੀ ਵੀ ਸੁਣਨੀ ਪਊ, ਦੋਨੇ ਪਾਸੇ ਰੱਖਣੀ ਪਊ। ਉਹ ਜਵਾਕ ਹੁਣ ਕਿੱਧਰ ਕਿੱਧਰ ਹੋਵੇ, ਜੇ ਨਹੀਂ ਜਾਂਦਾ ਤਾਂ ਵੀ ਮਰਦਾ ਉਹ। ਆਹੋ ਚੱਕ ਲਿਆਂਦੀ ਬਗਾਨਾ ਗੂੰ, ਚੱਕ ਕੇ ਲਿਆ ਕੇ ਉਰੇ ਮੇਰੇ ਸਰਾਣੇ ਧਰਤੀ, ਅਕੇ ਹੁਣ ਦਵਾਈ ਤੂੰ ਦਵਾ ਦੇ, ਮੰਨ ਲਿਆ ਪੈਸੇ ਦੇ, ਖਾਣੀ 2000 ਲੈ ਗਿਆ, ਖਾਣੀ 3 ਲੈ ਗਿਆ ਕੱਢ ਕੇ। ਮੈਂ ਤਾਂ ਕਿਹਾ ਸੀ ਮਖਾ 2000 ਲਿਜਾਈ, ਇੱਦੋਂ ਵੱਧ ਨਾ ਲਿਜਾਈ, ਅਕੇ ਉਹਦੇ ਟੈਸਟ ਕਰਾਉਣੇ ਨੇ। ਅੱਛਾ ਮੇਰੀ ਗੱਲ ਸੁਣ, ਅਕੇ ਉਹ ਬਿਮਾਰ ਹੈ, ਉਹਦੇ ਸੈੱਲ ਨਾ ਘੱਟ ਗਏ ਹੁਣ, ਉਹਨੂੰ ਟਾਈਫਾਇਡ ਨਾ ਹੋ ਗਿਆ ਹੋਵੇ, ਅਤੇ 1 ਦਿਨ ਨਾਲ ਤਾਂ ਨਾ ਕੋਈ ਟਾਈਫਾਇਡ ਹੋਵੇ ਨਾ ਸੈੱਲ ਘਟਣ, ਖਬਰ ਹੈ ਉਹ ਕਿੱਦਾਂ ਕਿਹਦੀ ਬਿਮਾਰ ਹੈ। ਉਹ ਲਿਆਂਦੀ ਕੋਈ ਚਲਾਕੀ ਨਾਲ ਇਹਨੇ ਉਰੇ ਹੈਗੀ ਵੀ ਇਲਾਜ ਇੱਥੇ ਕਰਾਊਂ, ਉਹਨਾਂ ਦਾ ਨਹੀਂ ਪੈਸੇ ਲਵਾਉਂਦੀ ਹੈਗੀ ਮੈਂ। ਉਹ ਕੱਟ ਗਏ ਹੋਣਗੇ, ਹੋ ਸਕਦਾ ਹਵਾ ਜੀ ਚੱਲ ਰਹੀ ਹੈ, ਹਰੇਕ ਬੰਦੇ ਦੇ ਘੱਟੀ ਵਧੀ ਜਾਂਦੇ ਨੇ, ਫਿਰ ਕਿੱਡੀ ਕੁ ਗੱਲ ਹੈ, ਦਵਾਈ ਲਿਆ ਆਉਣਗੇ ਠੀਕ ਹੋ ਜੂ, ਇਹ 'ਚ ਕੀ ਹੈ ਫਿਰ? ਫਿਰ ਜਿਹਦੀ ਹੈਗੀ ਆ ਅਗਲੇ ਆਪ ਨਾਲ ਦਵਾਈ ਦਵਾਉਣ, ਆਪਾਂ ਨੂੰ ਕਿਹੜਾ ਉਹ ਸੁੱਖ ਕੇ ਦਿੱਤੀ ਹੈ, ਆਪਣੀ ਉਹ ਕੀ ਲੱਗਦੀ ਹੈਗੀ। ਹੋਇਆ ਚੱਲ ਜਵਾਕ ਕਦੇ ਤੰਦਰੁਸਤ ਹੈ, ਮਿਲਣ ਗਿਲਣ ਆ ਗਿਆ, ਐਂ ਥੋੜੋ ਹੈ ਵੀ ਬਿਮਾਰ ਆ ਤਾਂ ਚੱਕ ਲਿਆ ਉਹਨੂੰ ਉਰੇ। ਉਹ ਦੇਖ ਲੈ ਕਿੰਨੀ ਪਿਆਰੀ ਬੱਚੀ ਹੈ, ਹੈ ਤੈਨੂੰ ਦੱਸੂਗਾ ਮਾੜਾ ਮੋਟਾ ਚਾਅ ਹੋਣਾ ਚਾਹੀਦਾ ਸੀ ਵੀ ਸਾਡੇ ਘਰੇ ਜਵਾਕ ਆਇਆ, ਬੰਦੇ ਦਾ ਮਨ ਲੱਗ ਜਾਂਦਾ, ਤੂੰ ਤਾਂ ਇਹਦੇ ਤੱਕ ਕੌਂਸਣੀ ਸੀ ਬਹੂ ਤੇ ਤੱਕ, ਹਾਂ ਜਵਾਕ ਤੇ ਵੀ ਕੌਂਸੀ ਜਾਂਦੀ ਓਏ, ਮੈਨੂੰ ਇਹਦੀ ਸਮਝ ਨਹੀਂ ਆਉਂਦੀ। ਬੇ ਮੈਂ ਜਵਾਕ ਤੇ ਨਹੀਂ ਕੌਂਸਦੀ, ਮੈਂ ਕੌਂਸਦੀ ਹਾਂ ਉਹਦੀ ਬਿਮਾਰੀ ਤੇ, ਬਿਮਾਰ ਕਾਹਤੋਂ ਚੱਕ ਕੇ ਲਿਆਂਦੀ ਆ ਉਰੇ। ਨਾਲੇ ਮੇਰੀ ਗੱਲ ਸੁਣ, ਮੈਂ ਨਾ ਉਹਨੂੰ ਕਿਹਾ ਮੈਂ ਕੁੜੀ ਬਠਿਆਲੀ ਕੋਲੇ ਕੱਲ੍ਹ ਬੈਠਣ ਨਹੀਂ ਦਿੱਤੀ, ਜਿਉਂ ਫੜੀ ਬਾਂਹ ਕੁੜੀ ਇਸ ਕੇ ਅੰਦਰ ਲੱਗਿਆ ਜਾ ਪੁੱਤ, ਗਾਹਾਂ ਅੰਦਰ ਬਹਿ ਜਾ, ਮੇਰੇ ਕੋਲੇ ਕੁੜੀ ਉਹ ਲੱਗਣ ਨਹੀਂ ਦਿੱਤੀ ਹੈਗੀ। ਕੀ ਹੋ ਗਿਆ? ਜਵਾਕ ਹੀ ਸੀ ਨਿਰਾਪੁਰਾ, ਤੁਸੀਂ ਮੈਨੂੰ ਕਹਿ ਦਿੰਦੇ ਹੋ ਕਿ ਤੂੰ ਮਾੜੀ ਹੈ, ਤੂੰ ਭੇੜੀ ਹੈ। ਅੱਛਾ ਕੀ ਗੱਲ? ਜਵਾਕ ਨੂੰ ਮੈਂ ਉਹਨੂੰ ਜਵਾਕੜੀ ਨੂੰ ਕੀ ਤਾਂ ਮੈਂ ਸਿਖਾਉਂਦੀ ਸੀ, ਕੀ ਮੈਂ ਉਹਨੂੰ ਕਹਿੰਦੀ ਸੀ, ਕੋਲੇ ਮੈਂ ਬਿਠਾਈ ਹੋਈ ਸੀ, ਉਹ ਵੀ ਨਹੀਂ ਮੇਰੇ ਕੋਲੇ ਦਿਖ ਲਾ ਬੈਠਣ ਦਿੱਤੀ। ਹਾਂ ਕੁੜੀ ਨੂੰ ਕਿੱਥੋਂ ਬੈਠਣ ਦੇਵੇ, ਸੁਰਤਾ ਤਾਂ ਮਿਲਿਆ ਨਹੀਂ, ਆਉਣ ਸਾਰ ਉਹਦੇ ਨਾਲ ਆਡੇ ਲਾਉਣ ਲੱਗ ਗਈ। ਜੇ ਤਾਂ ਉਹਦੇ ਨਾਲ ਪਿਆਰ ਹੁੰਦਾ ਤਾਂ ਉਹ ਕਹਿ ਦਿੰਦੀ ਵੀ ਭਾਈ ਬਹਿ ਜਾ ਬੇਬੇ ਕੋਲੇ, ਹੋਰ ਕੁੜੀ ਨੂੰ ਤੇਰੇ ਲਈ ਕਿਉਂ ਬੈਠਣ ਦਿੰਦੀ ਅਗਲੀ, ਹੋਰ ਕੁੜੀ ਨੂੰ ਕਿਉਂ ਬੈਠਣ ਦਿੰਦੀ ਹੈ? ਤੂੰ ਤਾਂ ਮੇਰਾ ਪੂਰਾ ਉਸੇ ਦਾ ਪੱਖ ਪੂਰੀ ਐਂ ਨਾ ਆਖੀ ਵੀ ਹਾਂ ਉਹ 'ਚ ਇਸ ਗੱਲ ਦਾ ਖੋਟ ਹੈ। ਮੈਂ ਉਹਨੂੰ ਕਹੂੰਗਾ, ਮੈਂ ਸਮਝਾਊਂਗਾ ਵੀ ਜਵਾਕ ਦਾ ਕੀ ਵੰਡਿਆ ਭਾਈ ਬਹਿ ਜਾਣ ਦੇ ਕੋਲੇ। ਜਵਾਕ ਰੱਬ ਦਾ ਰੂਪ ਹੁੰਦੇ ਨੇ, ਮੈਂ ਜਵਾਕ ਪਿੱਛੇ ਕਿਉਂ ਕਹੂੰਗਾ, ਕੀ ਲੋੜ ਆ? ਜੇ 500-400 ਦੀ ਦਵਾਈ ਆ ਵੀ ਜਾਊ ਫਿਰ ਦੱਸ ਕੀ, ਆਪਾਂ ਅਲੱਗ ਹੋ ਜਾਵਾਂਗੇ, ਜਵਾਕ ਪਿੱਛੇ ਨਹੀਂ ਇਹ ਗੱਲਾਂ ਕਰੀਦੀਆਂ ਹੁੰਦੀਆਂ। ਹੋਰ 500-400 ਉਹ 1 ਦਿਨ ਪਤਾ ਨਹੀਂ, 2 ਦਿਨ ਜਵਾਕੜੀ ਆਪਦੇ ਘਰੇ ਵਗ ਜੂ, ਫਿਰ ਕਿੱਡੀ ਕੁ ਗੱਲ ਹੈ 'ਚ? ਕਾਹਨੂੰ ਜਾਂਦੀ ਹੈ ਘਰੇ? ਮੈਨੂੰ ਤਾਂ ਲੱਗਦਾ ਨਹੀਂ ਉਹਦਾ ਇਲਾਜ ਕਰਾਉਣ ਵਾਸਤੇ ਹੀ ਉਰੇ ਲਿਆਈ ਹੈ, ਕਹਿ ਕੇ ਤਾਂ ਮੈਂ ਉਹਨੂੰ ਤੋਰਿਆ ਸੀ ਕੰਜਰ ਨੂੰ। ਮੈਂ ਕਿਹਾ ਕੰਜਰਾ ਦਵਾ ਕੇ ਦਵਾਈ ਦੀ ਉੱਧਰ ਹੀ ਰਹਿੰਦਾ, ਕੱਟਿਆ ਹੀ ਪਰਾਂ ਉਰੇ ਨਾ ਲਿਆਈ, ਹੁਣ ਜਦੋਂ ਬਿਮਾਰ ਹੈ ਜੇ ਠੀਕ ਹੋ ਗਈ ਤੰਦਰੁਸਤ ਹੋ ਗਈ ਫਿਰ ਲਿਆਇਓ 4 ਦਿਨ। ਕਿਉਂ ਬਹਿਮ ਪਾਲੀ ਬੈਠੇ ਆ, ਮਨ 'ਚ ਕੋਈ ਤਾਪ ਸਵਾ ਚੜਿਆ ਹੋਊ ਮਾੜਾ ਮੋਟਾ, ਹੈ ਜਾਂ ਤਾਂ ਜਵਾਕਾਂ ਨੂੰ ਠੰਡ ਠੁੰਡ ਲੱਗ ਜਾਂਦੀ ਹੈ, ਕਿੱਡੀ ਕੁ ਗੱਲ ਹੈ? ਓਡੀ ਤਾਂ ਉਹ ਹੈ ਨਹੀਂ, ਜਿੱਡੀਆਂ ਤੋਂ ਬਿਮਾਰੀਆਂ ਗਣੇ ਜਾਂਦੀਆਂ, ਕਮਾਲ ਕਰਦੀਆਂ ਤੂੰ।
ਮੁੰਡੇ ਨੂੰ ਤਾਂ ਜਮਾ ਨਹੀਂ ਕੋਲੇ ਬੈਠਣ ਦਿੰਦੀ। ਮੈਨੂੰ ਤਾਂ ਐਂ ਜੇ ਲੱਗਦਾ ਵੀ ਉਹਦੇ ਸਿਰ 'ਚ ਕੀ ਪਾਤਾ ਘੋਲ ਕੇ ਜਮਾ ਹੀ ਨਹੀਂ ਕੋਲੇ ਬਹਿੰਦਾ, ਬਾਂਹ ਫੜ ਕੇ ਘੜੀਸਕੇ ਹੀ ਲੈ ਜਾਂਦੇ ਹੋ। ਇੱਥੇ ਨਾ ਬੈਠੀ ਉਰਿਆ ਜਾ 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 ਕੀ ਗੱਲ, ਬੁੜੀ ਦੇ ਪਾਂ ਪਈ ਹੋਈ ਹੈ ਵੀ ਇਹਦੇ ਕੋਲੇ ਨਹੀਂ ਬੈਠਣਾ। ਹੈਂ ਉਹ ਸ਼ੁਕਰਮ ਨਾ ਰੱਬ ਦਾ, ਰਲ ਮਿਲ ਕੇ ਰਹਿਣਾ ਆਪਾਂ ਮੁੰਡੇ ਤੋਂ ਗਾਹ ਕਹਾਉਣਾ ਹੈ, ਆਪਦਾ ਕਬੀਲਦਾਰੀ ਸਾਹਮਣੇ ਘਰ ਚਲਾਉਣ। ਹੋਰ ਕੀ ਹੁੰਦਾ, ਮਾਂ ਪਿਓ ਨੂੰ ਤਾਂ ਇਹੀ ਹੁੰਦਾ ਵੀ ਸਾਡੇ ਜਵਾਕ ਸੁਖੀ ਵਸਣ। ਤੈਨੂੰ ਆਪਾਂ ਬਿਠਾ ਕੇ ਦੱਸ ਕਿਉਂ ਤੂੰ ਇੱਥੇ ਨਾਚ ਨਚਾਉਣਾ ਹੈ, ਕਰਨ ਦੇ ਕੰਮ ਧੰਦਾ ਸਾਂਭਣ ਦੇ ਆਪਦਾ। ਕਬੀਲਦਾਰੀ ਸਾਂਭਣ ਨੂੰ ਤਾਂ ਸਰਦਾਰ ਜੀ ਉਹ ਫਿਰਦੇ ਨੇ, ਹਾਂ ਗੱਲਾਂ ਨਾ ਕਿਹਾ ਕਰ ਵੀ ਕਬੀਲਦਾਰੀ ਸਾਂਭ ਲੈਣਾ। ਸਾਂਭਣਗੀ ਫਿਰ, ਸਾਂਭ ਲੈਣ ਦੇ ਇਹਨਾਂ ਦੀ ਹੈ ਸਾਰਾ ਕੁਛ, ਆਪਾਂ ਦੱਸ ਕੇ ਇੱਕ ਤੇ ਧਰਕੇ ਲੈ ਜਾਵਾਂਗੇ। ਕੋਈ ਨਾ, ਜਦੋਂ ਸਾਂਭਣ ਵਾਲੇ ਹੋ ਗਏ ਆਪ ਹੀ ਸੰਭਾ ਦਾਂਗੇ, ਫੜਾ ਦਾਂਗੇ। ਆਹੋ ਗੱਲਾਂ ਕਰਦਾ ਹੈਗਾ, ਹੁਣ ਟੁਕੜਾ ਟਕੜਾ ਝੁਲਸਣਾ ਕਿ ਨਾ। ਬਸ ਖਵਾ ਤਾਂ ਅੱਧ ਤੋਂ ਵੱਧ ਤਾਂ ਖਾ ਲਿਆ, ਉਸ ਹੋਰ ਖਵਾ ਦੇ ਜੇ ਮਾੜੀ ਮੋਟੀ ਘਾਟ ਰਹਿੰਦੀ ਹੈ। ਪਹਿਲੀ ਕਬੀਲਦਾਰੀ ਫੜਾ ਦੇ ਇਹਨਾਂ ਨੂੰ, ਕੱਲ ਆਈ ਨੂੰ ਐਂ ਕਰ ਖੜੀ ਹੋ, ਜਦੋਂ ਰੋਟੀਆਂ ਲਿਆ ਦੇ ਮੈਨੂੰ ਛੱਡ, ਪਰ ਤੇਰੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਬਿਨਾਂ ਗੱਲ ਤੋਂ ਕਿੱਥੋਂ ਦੀ ਗੱਲ ਚੱਕੀ, ਕਿੱਥੇ ਠੋਕੀ, ਕਿੱਡੀ ਕੁ ਗੱਲ ਹੈ ਫਿਰ ਇਹ ਗੱਲ, ਕਿੱਡੀ ਕੁ ਨਹੀਂ ਤੈਨੂੰ ਲੱਗਦੀ ਹੈ, ਕਿੱਡੀ ਕੁ ਗੱਲ ਫੜ ਕੇ ਕਬੀਲਦਾਰੀ ਤੇਰੇ 20 ਮਾਰਨਗੇ ਖੌਂਸੜੇ, ਹਾਂ ਢੂਹੇ 'ਚ ਲੱਤ ਤੇਰੇ ਮਾਰ ਕੇ ਉੱਥੇ ਸੁੱਟਣਗੇ ਕੰਜਰਾ, ਸਮਝ ਲੈ ਸਮਝ ਲੈ। ਡਿੱਗਦੇ ਰੋਟੀ ਤੋਂ ਤਾਂ ਨਹੀਂ ਡਿੱਗਦੇ, ਇਹਨਾਂ ਦੀ ਅੱਜ ਨਹੀਂ ਕੱਲ੍ਹ ਨੂੰ ਸਾਂਭਣਗੇ। ਤੂੰ ਰੋਟੀ ਤੋਂ ਕਹਿੰਦਾ ਡਿੱਗਦੇ ਨਹੀਂ, ਤੂੰ ਇੱਥੇ ਮੰਜੇ ਹੀ ਡਾਹ ਕੇ ਦਿਖਾ ਦੀ, ਤੂੰ ਮੰਜੇ ਹੀ ਡਾਹ ਕੇ ਦਿਖਾ ਦੀ, ਤੂੰ ਤਰਸੇਗਾ, ਤੈਨੂੰ ਡਬ ਰੋਟੀ ਵੀ ਨਹੀਂ ਦੇਣੀ ਕਿਸੇ ਨੇ, ਤੂੰ ਰੋਟੀ ਕਹਿੰਦਾ। ਹਾਂ ਦੇਖੀ ਜੋ ਜਿਹਦੇ ਨਾਲ ਜਿਵੇਂ ਆਹੋ ਲਿਆਉਣੀ ਹੈ ਟੁਕੜਾ ਬਹਿ ਜਾ, ਜਿਹੜੇ ਹਿਸਾਬ ਨਾਲ ਤੂੰ ਚੱਲਦੀ ਹੈ ਫਿਰ ਇਸ ਹਿਸਾਬ ਨਾਲ ਰੋਟੀ ਵੀ ਨਹੀਂ ਮਿਲਦੀ। ਰੋਟੀ ਵੀ ਬੰਦੇ ਨੂੰ ਮੋਹ ਪਿਆਰ ਨਾਲ ਹੀ ਮਿਲਦੀ ਹੁੰਦੀ ਹੈ, ਮਾੜਾ ਮੋਟਾ ਲਾਦ ਨਾਲ ਹੇਜ ਰੱਖੇ। ਜੇ ਹੁਣ ਲਾਦ ਨੂੰ ਤੁੰਨੀ ਜਾਵਾਂਗੇ, ਉਹ ਸਾਰਾ ਦਿਨ ਦਿਮਾਗ 'ਚ ਗੱਲਾਂ ਭਰੀ ਜਾਂਦੇ ਨੇ, ਮਾਂ ਪਿਓ ਐਂ ਕਰਦੇ ਨੇ, ਉਹੀਆਂ ਜੇ ਫਿਰ ਗਾਹਾਂ ਲਾਦ ਕਰਨਗੀਆਂ, ਫਿਰ ਇਹ ਤਾਂ ਹੀ ਭੁਗਤਣਾ ਹੀ ਪਊਗਾ ਫਿਰ। ਮਾਂ ਮੈਂ ਤੈਨੂੰ ਕਰਿਆ ਸੀ ਨਾ ਫੋਨ, ਨਾਲੇ ਸਾਰੀ ਗੱਲ ਦੱਸੀ ਵੀ ਸੀ। ਪੁੱਤ ਫੋਨ ਤਾਂ ਤੈਂ ਕਰਿਆ ਸੀ, ਫੋਨ 'ਤੇ ਨਹੀਂ ਗੱਲ ਦੀ ਸਮਝ ਆਉਂਦੀ ਹੁੰਦੀ, ਹੁਣ ਦੱਸ ਮੈਨੂੰ ਕੀ ਗੱਲ ਹੈਗੀ। ਗੱਲ ਤਾਂ ਮਾਂ ਇਹ ਹੈ, ਹੁਣ ਤੂੰ ਦੇਖ ਹੀ ਲਿਆ ਸਾਡੇ ਘਰ ਦਾ ਹਾਲ, ਮੇਰੀ ਭੂਆ ਤੋਂ ਬਿਨਾਂ ਪੁੱਛੇ ਤਾਂ ਕੋਈ ਪੱਤਾ ਨਹੀਂ ਹਿਲਾਉਂਦਾ ਸਾਡੇ ਘਰ 'ਚ। ਹਰਜੀਤ ਨੂੰ ਕਹਿ ਦਿਉ ਉਹ ਭੂਆ ਤੋਂ ਪੁੱਛ ਲੈ, ਭੂਆ ਨੂੰ ਪੁੱਛ ਕੇ ਸਾਰੀ ਗੱਲ ਕਰਿਆ ਕਰ, ਭੂਆ ਤੋਂ ਪੁੱਛ ਕੇ ਕੀ ਰੁਪਈਆ ਲਾਉਣਾ। ਜੇ ਮਾਂ ਨੂੰ ਕਹਿ ਦਿਉ ਉਹ ਨਹੀਂ ਕੋਈ ਫੈਸਲਾ ਲੈ ਸਕਦੀ, ਹੁਣ ਮੈਂ ਜਾਵਾਂ ਤਾਂ ਕਿੱਧਰ ਜਾਵਾਂ। ਲੈ ਕਾਮਲੀ ਜਾਣਾ ਕਿੱਧਰ ਹੈ ਤੈਂ, ਕੋਈ ਨਾ ਪੁੱਤ ਫੇਰ ਕੀ ਹੁੰਦਾ ਹੈਗਾ, ਭੂਆ ਤੇਰੀ ਕਿੰਨੀ ਪਿਆਰ ਨਾਲ ਰਹਿੰਦੀ ਹੈ ਤੇਰੇ ਨਾਲ, ਉਵੇਂ ਪਿਆਰ ਨਾਲ ਤੂੰ ਰਹਿ ਪੈ। ਪਿਆਰ ਵਾਲੀ ਭਾਸ਼ਾ ਸਮਝਦੇ ਨਹੀਂ ਹੈਗੇ, ਆ ਪਰਲੇ ਘਰ ਵਾਲੀ ਬੇਬੇ ਨਹੀਂ ਹੈਗੀ, ਇਹ ਆਈ ਸੀ ਮਾਂ ਮੇਰੇ ਕੋਲੇ, ਇਹਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਵੀ ਤੁਹਾਡੀ ਭੂਆ ਤੁਹਾਡੇ ਘਰੋਂ ਪੈਸਾ ਢੋ ਢੋ ਕੇ ਆਪਦੇ ਸਹੁਰੇ ਘਰ ਦੇਈ ਆਉਂਦੀ ਹੈ, ਐਡੀ ਤਾਂ ਉੱਥੇ ਕੋਠੀ ਪਾ ਰੱਖੀ ਹੈ, ਠੀਕ ਹੈ, ਨਾਲੇ ਇੱਥੇ ਸਾਰਿਆਂ ਨੂੰ ਆਪਦੇ ਥੱਲੇ ਲਾ ਰੱਖਿਆ, ਇਕੱਲੀ ਇਕੱਲੀ ਗੱਲ ਉਹ ਤਾਂ ਪੁੱਛ ਕੇ ਕਰਦੇ ਨੇ। ਚੱਲ ਕੋਈ ਨਾ ਮੇਰੀ ਗੱਲ ਸੁਣ, ਜੇ ਆਹ ਗੱਲ ਹੈ ਤਾਂ ਮੈਂ ਹਰਜੀਤ ਨੂੰ ਕਹਿ ਕੇ ਜਾਊਂਗੀ ਵੀ ਭਾਈ ਤੂੰ ਆਪਦੀ ਕਬੀਲਦਾਰੀ ਆਪਦੇ ਹੱਥ 'ਚ ਰੱਖ। ਹੋਰ ਮਾਂ ਮੇਰੀ ਤਾਂ ਕੋਈ ਇੱਕ ਨਹੀਂ ਸੁਣਦਾ, ਜੇ ਮੈਂ ਹਰਜੀਤ ਨੂੰ ਕਹਾਂ ਮੈਨੂੰ ਕਹਿੰਦੇ ਚੁੱਪ ਕਰ ਜਾ, ਤੂੰ ਨਹੀਂ ਬੋਲਣਾ, ਭੂਆ ਦੇ ਖਿਲਾਫ਼ ਨਹੀਂ ਬੋਲਣਾ। ਭੂਆ ਦੇ ਖਿਲਾਫ਼ ਤਾਂ ਮਾੜੀ ਜਿਹੀ ਗੱਲ ਨਹੀਂ ਸੁਣਦੇ ਇਹ। ਨਹੀਂ ਫਿਰ ਇਹ ਪਹਿਲਾਂ ਤਾਂ ਉਰੇ ਰਹਿੰਦੀ ਹੈ ਨਾ, ਇਹਨੇ ਦਬਾਅ ਪਾਇਆ ਹੋਇਆ ਸਾਰੇ ਪਰਿਵਾਰ 'ਤੇ। ਜਮਾ ਚੱਲ ਕੋਈ ਨਾ ਪੁੱਤ ਮੇਰੀ ਗੱਲ ਸੁਣ, ਜਿਹੜੀ ਤੇਰੀ ਬੇਬੇ ਆਉਂਦੀ ਹੁੰਦੀ ਹੈ ਨਾ, ਤੂੰ ਉਹ ਤੋਂ ਇਹਨਾਂ ਦੀਆਂ ਕਮਜ਼ੋਰੀਆਂ ਪੁੱਛ ਵੀ ਕੀ ਨੇ, ਐਵੇਂ ਦੂ ਨਹੀਂ ਕਰਿਆ ਕਰਦੇ। ਕਮਜ਼ੋਰੀਆਂ ਤਾਂ ਮਾਂ ਮੈਂ ਪੁੱਛ ਲੂੰਗੀ, ਉਹ ਤਾਂ ਚੰਗੀ ਹੈ, ਉਹ ਤਾਂ ਵਿਚਾਰੀ ਮੈਨੂੰ ਆਪ ਹੀ ਦੱਸ ਜਾਂਦੀ ਹੈ, ਮੈਨੂੰ ਕਹਿੰਦੀ ਨਾ ਮੈਨੂੰ ਤੇਰਾ ਹੇਜ ਬਾਹਲਾ ਆਉਂਦਾ। ਪਹਿਲਾਂ ਤਾਂ ਮੈਨੂੰ ਉਹ ਬੇਬੇ ਨਾ ਐਂ ਲੱਗਦਾ ਸੀ ਵੀ ਮੇਰੇ ਨਾ ਕੰਨ ਭਰਦੀ ਹੋਵੇ, ਪਰ ਹੁਣ ਮੈਨੂੰ ਐਂ ਲੱਗਦਾ ਵੀ ਉਹਦੀ ਇਕੱਲੀ ਇਕੱਲੀ ਕਹੀ ਗੱਲ ਸੱਚ ਆ ਗਈ ਭੂਆ ਦੇ ਬਾਰੇ। ਉਹ ਗਵਾਂਢ ਆਂਢ ਗਵਾਂਢ 'ਚੋਂ ਹੀ ਗੱਲ ਮਿਲਦੀ ਹੁੰਦੀ ਹੈ ਸੱਚੀ ਸੁਣਨ ਨੂੰ, ਅਤੇ ਨਾਲੇ ਤੂੰ ਸਾਰੀਆਂ ਗੱਲਾਂ ਕੰਠ ਕਰ ਲੈ ਉਹਦੀਆਂ, ਫੇਰ ਹੀ ਪਤਾ ਲੱਗਦਾ ਹੁੰਦਾ, ਫੇਰ ਹੀ ਅਗਲੇ ਦੀ ਦੁੱਖ ਦੀ ਰਗ 'ਤੇ ਹੱਥ ਧਰਿਆ ਜਾਂਦਾ ਹੁੰਦਾ। ਹੁਣ ਮੇਰੀ ਗੱਲ ਸੁਣ, ਜੇ ਹੁਣ ਮੈਂ ਰੌਲਾ ਪਾਊਂਗੀ ਉਰੇ ਤਾਂ ਮੇਰੀ ਗੱਲ ਤਾਂ ਪੁੱਤ ਦੂਰ ਜਾਊਗੀ, ਤੈਨੂੰ ਪਤਾ ਨਾਲੇ ਤੇਰੇ ਨਾਲ ਤਾਂ ਉਈਆਂ ਹੀ ਹੋ ਜਾਣਗੀਆਂ, ਤੈਨੂੰ ਤਾਂ ਨਿਆਣੀ ਕਹਿੰਦੀਆਂ ਨੇ, ਮੈਨੂੰ ਤਾਂ ਇਹ ਆਖਣਗੇ ਵੀ ਉਹਦੀ ਮਾਂ ਆ ਕੇ ਲੱਤ ਫਸਾਉਂਦੀ ਹੈ ਵਿੱਚ।
ਹਾਂ ਨਾਲੇ ਫਿਰ ਤੈਨੂੰ ਬਾਪੂ ਵੀ ਕਹੂਗਾ ਵੀ ਤੂੰ ਉੱਧਰ ਜਾ ਕੇ ਕਿਉਂ ਬੋਲਦੀ ਹੈ, ਹਨਾ? ਨਹੀਂ ਤੇਰੇ ਪਿਓ ਦਾ ਤਾਂ ਜਮੀ ਕਾਣੀ ਕੌਡੀ ਦਾ ਸੁਭਾਅ ਨਹੀਂ ਹੈਗਾ, ਨਾਲੇ ਤੇਰੇ ਪਿਓ ਨੇ ਤਾਂ ਨਾ ਆਪਾਂ ਨੂੰ ਇਹ ਗਲਤ ਠਹਿਰਾਉਣਾ, ਉਹ ਤਾਂ ਇਹਨਾਂ ਦੀ ਸਾਈਡ ਲੈ ਕੇ ਖੜ ਜੂਗਾ, ਤਾਂ ਹੀ ਤਾਂ ਮੈਂ ਚੁੱਪ ਕਰ ਜਾਂਦੀ ਹਾਂ। ਫਿਰ ਮਾਂ ਮੈਨੂੰ ਇਹ ਦੱਸ ਮੈਂ ਕਰਾਂ ਕੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਜੇ ਮੈਂ ਕਿਸੇ ਮੂਹਰੇ ਬੋਲਦੀ ਹਾਂ ਤਾਂ ਮੈਂ ਮਾੜੀ ਵੱਜਦੀ ਹਾਂ, ਜੇ ਮੈਂ ਪਿਆਰ ਨਾਲ ਗੱਲ ਕਰਦੀ ਹਾਂ ਫਿਰ ਉਹੀ ਗੱਲ ਮੇਰੇ ਹੱਥ ਤਾਂ ਕੁਛ ਆਉਣਾ ਨਹੀਂ ਦੇਗਾ। ਪੁੱਤ ਮੇਰੀ ਗੱਲ ਸੁਣ, ਕਰਨਾ ਕੀ ਹੈ, ਜਿਵੇਂ ਤੇਰੀ ਭੂਆ ਸਾਰਾ ਦਿਨ ਮਿੱਠੀ ਪਿਆਰੀ ਰਹਿੰਦੀ ਹੈ, ਪੁੱਤ ਪੁੱਤ ਕਰਦੀ ਹੈ, ਉਵੇਂ ਮਿੱਠੀ ਪਿਆਰੀ ਤੂੰ ਰਹਿ, ਤੂੰ ਨਾ ਉਹਦੇ ਉੱਤੇ ਆਹੀ ਪਿਆਰ ਵਾਲੀ ਗੇਮ ਪਾ ਲੈ ਜਿਵੇਂ ਉਹਨੇ ਪਰਖੇ ਸਾਰੇ ਟੱਬਰ 'ਤੇ, ਜੇ ਸਾਰਾ ਟੱਬਰ ਤੇਰੇ ਇਸ਼ਾਰਿਆਂ 'ਤੇ ਨਾ ਨੱਚਿਆ ਤਾਂ ਮੈਨੂੰ ਕਹਿ ਦੀ। ਉਹੀ ਤਾਂ ਗੱਲ ਹੈ ਨਾ ਮਾਂ, ਮੈਨੂੰ ਉਹਨਾਂ ਜਿੰਨੀਆਂ ਚਲਾਕੀਆਂ ਨਹੀਂ ਆਉਂਦੀਆਂ, ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਸਿੱਧੀ ਜੀ ਹਾਂ, ਮੇਰੇ ਤੋਂ ਨਹੀਂ ਇੰਨੀਆਂ ਚਲਾਕੀਆਂ ਹੁੰਦੀਆਂ। ਨਹੀਂ ਮੇਰੀ ਗੱਲ ਸੁਣ, ਤੂੰ ਪੜ੍ਹਨ ਤਾਂ ਜਾਣਦੀ ਹੈ, ਪੜ੍ਹਾਈ ਲਿਖਾਈ ਕਰਾਈ ਹੈ ਤੈਨੂੰ ਮਾੜੀ ਮੋਟੀ, ਆ ਤੇਰੀ ਭੂਆ ਤੇਰੀ ਜਿੰਨੀ ਪੜ੍ਹੀ ਤਾਂ ਨਹੀਂ, ਉਹ ਅਨਪੜ੍ਹ ਹੋ ਕੇ ਵੀ ਇੰਨੀਆਂ ਚਲਾਕੀਆਂ ਜਾਣਦੀ ਹੈ, ਤੂੰ ਉਹ ਤੋਂ ਚਲਾਕੀਆਂ ਨਹੀਂ ਸਿੱਖ ਸਕਦੀ। ਗੱਲ ਤਾਂ ਤੇਰੀ ਠੀਕ ਹੈ ਮਾਂ, ਭੂਆ ਨੂੰ ਤਾਂ ਮੈਂ ਕਰਦੀ ਹਾਂ ਸਿੱਧਾ, ਕੋਈ ਨਹੀਂ ਤੂੰ ਦੇਖੀ ਚੱਲ, ਜਿਵੇਂ ਉਹ ਮੈਨੂੰ ਪਿਆਰ ਨਾਲ ਪੁੱਤ ਪੁੱਤ ਕਹਿ ਕੇ ਸਾਰਾ ਕੰਮ ਕਢਵਾਉਂਦੀ ਹੈ ਨਾ, ਉਵੇਂ ਮੈਂ ਕਰਿਆ ਕਰੂੰ। ਮੈਨੂੰ ਨਾ ਪਰਲੇ ਘਰ ਵਾਲੀ ਬੇਬੇ ਕਹਿ ਕੇ ਗਈ ਸੀ ਤੂੰ ਜਮਾ ਕੰਮ ਨਹੀਂ ਕਰਨਾ, ਬੈੱਡ 'ਤੇ ਬਹਿ ਜਾ, ਅਤੇ ਜੇ ਕੋਈ ਕਹੇ ਨਾ ਮੈਨੂੰ ਆਹ ਕਰ ਆਹ ਲਿਆ ਦੇ ਜਾਂ ਪੋਚੇ ਲਾ ਲਾ ਜਾਂ ਕੋਈ ਘਰ ਦਾ ਕੰਮ ਕਰ ਲੈ, ਸਾਫ਼ ਨਾ ਕਰਦੀ ਕਹਿੰਦੀ। ਆਹ ਤਾਂ ਤੈਨੂੰ ਮੈਂ ਵੀ ਕਹਿੰਦੀ ਹਾਂ ਵੀ ਹੈਗੀਆਂ ਦੋ ਬਥੇਰਾ ਘੋੜੇ ਵਰਗੀਆਂ ਨੇ, ਨਾ ਤੇਰੀ ਸੱਸ ਦਾ ਗੋਡਾ ਗਿੱਟਾ ਦੁਖੇ, ਨਾ ਦੁਖੇ ਤੇਰੀ ਭੂਆ ਦਾ ਗੋਡਾ ਗਿੱਟਾ, ਆਪੀ ਕਰਦੀਆਂ ਰਹਿਣਗੀਆਂ ਕੰਮ, ਨਾਲੇ ਤੈਨੂੰ ਕਿਹੜਾ ਕਹਿਣਾ, ਉਹ ਤਾਂ ਕਹਿੰਦੀ ਤਾਂ ਨਿਆਣੀ ਹੈ, ਇਹ ਤਾਂ ਨਿਆਣੀ ਹੈ, ਕੁਛ ਨਹੀਂ ਕਹਿੰਦੀਆਂ ਹੈਗੀਆਂ ਤੈਨੂੰ। ਅਤੇ ਰਹੀ ਗੱਲ ਕਬੀਲਦਾਰੀ ਦੀ, ਇਹਨੂੰ ਮੈਂ ਹਰਜੀਤ ਨੂੰ ਕਹਿ ਕੇ ਜਾਊਂਗੀ, ਜੇ ਨਾ ਤੇਰੇ ਹੱਥ 'ਚ ਕਬੀਲਦਾਰੀ ਹੈਗੀ ਤਾਂ ਮੈਨੂੰ ਕਹਿ ਦੀ, ਕਹਿ ਕੇ ਤਾਂ ਮੈਂ ਤੇਰੀ ਸੱਸ ਨੂੰ ਵੀ ਜਾਊਂਗੀ ਮਿੱਠਾ ਮਿੱਠਾ, ਪਰ ਮੈਂ ਸਿੱਧੇ ਮੱਥੇ ਨਹੀਂ ਨਾ ਕਹਿ ਸਕਦੀ ਉਹਨੂੰ, ਅਤੇ ਬੇਇੱਜ਼ਤੀ ਤੇਰੀ ਭੂਆ ਦੀ ਵੀ ਕਰਕੇ ਜਾਊਂ ਗੱਲੀ ਗੱਲੀ। ਪਰ ਬਾਲਾ ਨਹੀਂ ਪੁੱਤ, ਫਿਰ ਤੈਨੂੰ ਪਤਾ ਤੇਰੇ ਪਿਓ ਦਾ ਸੁਭਾਅ ਨਹੀਂ, ਮੈਨੂੰ ਤਾਂ ਉਹਨੇ ਘਰੇ ਨਹੀਂ ਵੜਨ ਦੇਣਾ ਹੈਗਾ। ਨਾ ਨਾ ਮਾਂ ਕੋਈ ਗੱਲ ਨਹੀਂ, ਉਹ ਤਾਂ ਮੈਂ ਤੇਰੀ ਸਾਰੀ ਗੱਲ ਸਮਝਦੀ ਹਾਂ, ਬਸ ਤੂੰ ਇੱਕ ਵਾਰੀ ਇਹਨਾਂ ਦੇ ਨਾ ਕੰਨ ਵਿੱਚ ਦੀ ਗੱਲ ਕੱਢ ਜੀ, ਹੁਣ ਆਪਾਂ ਇੱਥੇ ਬੈਠੇ ਹਾਂ ਨਾ, ਭੂਆ ਦਾ ਕੰਨ ਇੱਧਰ ਹੀ ਹੋਊਗਾ ਵੀ ਮਾਵਾਂ ਧੀਆਂ ਕੀ ਗੱਲਾਂ ਕਰੀ ਜਾਂਦੀਆਂ ਨੇ, ਮੈਂ ਸੁਣ ਲਾ ਮੂੰਹ 'ਤੇ ਭੈਣ ਜੀ ਮੇਰੇ ਪੁੱਤ। ਕੋਈ ਨਾ, ਨਾ ਇਹ ਤੇਰੀਆਂ ਭਰਜਾਈਆਂ ਨੇ ਆਪਣੇ ਘਰੇ ਉਹ ਵੀ ਐਂ ਝਾਕ ਰੱਖਦੀਆਂ ਨੇ ਵੀ ਕਦੋਂ ਕੋਈ ਕੁੜੀ ਦੇ ਸਹੁਰਿਆਂ ਕਨੀਓ ਗੱਲ ਮਿਲੇ, ਕਦੋਂ ਕੋਈ ਗੱਲ ਮਿਲੇ। ਮੈਂ ਤਾਂ ਹੀ ਤੈਨੂੰ ਕਹਿੰਦੀ ਹੁੰਦੀ ਵੀ ਤੂੰ ਫੋਨ 'ਤੇ ਮੈਨੂੰ ਕੁਛ ਨਾ ਕਿਹਾ ਕਰ, ਜਦੋਂ ਮੈਨੂੰ ਟਾਈਮ ਲੱਗੂ ਮੈਂ ਤੇਰੇ ਕੋਲ ਆ ਜਾ ਕਰੂੰਗੀ। ਕਿੱਥੇ ਮਾਂ, ਤੂੰ ਤਾਂ ਗੇੜਾ ਹੀ ਨਹੀਂ ਮਾਰਦੀ ਹੈਗੀ, ਹੁਣ 3 ਮਹੀਨਿਆਂ ਬਾਅਦ ਆਈ ਹੈ। ਪੁੱਤ ਫਿਰ ਘਰੋਂ ਟਾਈਮ ਵੀ ਨਹੀਂ ਲੱਗਦਾ ਹੈਗਾ, ਫਿਰ ਉਹ ਜੁੰਡ ਮੰਜੁੰਡ ਹੋ ਜਾਂਦੀਆਂ ਨੇ, ਤੈਨੂੰ ਪਤਾ ਨਹੀਂ ਹੈਗਾ। ਹਾਂ ਪਤਾ ਮੈਨੂੰ ਭਾਬੀਆਂ ਦੇ ਸੁਭਾਅ ਦਾ, ਉਹ ਤਾਂ ਪਤਾ ਹੀ ਨਹੀਂ ਕਿਹੋ ਜਿਹੀਆਂ ਨੇ, ਉਹ ਤਾਂ ਚੱਲ ਛੱਡ, ਮੇਰੀ ਗੱਲ ਸੁਣ ਮਾਂ, ਹੁਣ ਤੂੰ ਆਪਦੇ ਤਰੀਕੇ ਨਾਲ ਨਾ ਹਰਜੀਤ ਨੂੰ ਅਤੇ ਮਾਂ ਨੂੰ ਕਹਿ ਜੀ ਵੀ ਜੇ ਆਪਦੇ ਹੱਥ ਕਬੀਲਦਾਰੀ ਕਰੋਗੇ ਫਿਰ ਕੁਛ ਬਣੂ ਘਰ ਦਾ, ਨਹੀਂ ਕੁਛ ਨਹੀਂ ਬਣਦਾ। ਮਾਂ ਤੂੰ ਪਰਵਾਹ ਨਾ ਕਰ, ਮੈਂ ਸਾਰੀ ਗੱਲ ਕਹਿ ਜੂੰਗੀ ਗੱਲੀ ਬਾਤੀ, ਦੇਖ ਲੜਾਈ ਨਹੀਂ ਕਰਿਆ ਕਰਦੇ, ਲੜਾਈ ਕਰਕੇ ਤਾਂ ਮੈਂ ਬੁਰੇ ਪਊਂਗੀ, ਨਾਲੇ ਤੈਨੂੰ ਮਗਰੋਂ ਬੁਰਾ ਭਲਾ ਬੋਲਣਗੇ, ਤੇਰੀ ਮਾਂ ਏ ਕਹੇਗੀ। ਕਹਿੰਦੇ ਨੇ ਮੈਨੂੰ ਹਰਜੀਤ ਨੇ ਪਤਾ ਕੀ ਕਿਹਾ ਉਹਦੇ ਪਤਾ ਨਹੀਂ ਭੂਆ ਨੂੰ ਕਿਹੜੀ ਗੱਲ ਦਾ ਗੁੱਸਾ ਲੱਗ ਗਿਆ, ਕਹਿੰਦੀ ਮੈਂ ਘਰ ਛੱਡ ਕੇ ਜਾਂਦੀ ਹਾਂ। ਮੈਨੂੰ ਹਰਜੀਤ ਨੇ ਪਤਾ ਕਿੱਡੀ ਗੱਲ ਕਹਿਤੀ, ਜੇ ਤੇਰੀ ਭੂਆ ਘਰ ਛੱਡ ਕੇ ਗਈ ਹੈ ਨਾ ਤਾਂ ਦੇਖ ਲਾ, ਕਹਿੰਦਾ ਬਰਾਬਰ ਤੂੰ ਜਾਏਂਗੀ, ਤੇਰਾ ਬੈਗ ਚੱਕਿਆ ਜਾਊ। ਚੱਲ ਕੋਈ ਨਾ, ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਹਾਂ ਵੀ ਤੂੰ ਪਿਆਰ ਦੀ ਭਾਸ਼ਾ ਸਮਝ ਆਉਂਦੀ ਹੈ ਇਹਨਾਂ ਨੂੰ, ਨਹੀਂ ਆਉਂਦੀ ਹੈਗੀ। ਸਹੀ ਗੱਲ ਹੈ, ਲੜਾਈ ਬੇਬੇ ਤੂੰ ਮੈਨੂੰ ਇਕੱਲੀ ਇਕੱਲੀ ਗੱਲ ਸਿਖਾਤੀ, ਹੁਣ ਤੂੰ ਟੈਨਸ਼ਨ ਹੀ ਨਾ ਲੈ। ਸੁਣਦੀਆਂ ਤਾਂ ਨਹੀਂ ਹੈਗੀਆਂ ਕਿਤੇ, ਬਥੇਰੇ ਤੇਰੇ ਕੰਨ ਨੇ ਸੁਣਦੀਆਂ ਹੀ ਹੋਣਗੀਆਂ। ਚੱਲ ਛੱਡ ਮਾਂ, ਤੂੰ ਹੋਰ ਸੁਣਾ। ਹੋਰ ਤਾਂ ਠੀਕ ਠਾਕ ਹੈ ਵਧੀਆ, ਕੀ ਕਰੀ ਜਾਂਦੀਆਂ ਨੇ ਹੁਣ ਉਹ? ਬਾਹਰ ਬੈਠੀਆਂ ਹੋਣਗੀਆਂ, ਆਪਣੀਆਂ ਹੀ ਗੱਲਾਂ ਕਰਦੀਆਂ ਨੇ, ਮੈਨੂੰ ਤਾਂ ਪਤੀ ਹੈ ਇਹਨਾਂ ਦਾ, ਮੂੰਹ 'ਤੇ ਹੀ ਮਿੱਠੀਆਂ ਪਾਉਂਦੀਆਂ ਨੇ, ਮੋਮੋ ਠਗਣੀਆਂ ਨੇ। ਅੱਛਾ ਚੱਲ ਕੋਈ ਨਾ ਪੁੱਤ, ਐਵੇਂ ਲੱਗਦਾ ਤੇਰੀ ਭੂਆ ਆਉਂਦੀ ਹੈ ਸ਼ਾਇਦ, ਦੇਖ ਭਲਾ, ਦੇਖ ਜਾ ਕੇ ਭਲਾ। ਨਾ ਮੈਂ ਦੇਖਦੀ ਹਾਂ, ਕੋਈ ਨਹੀਂ ਮਾਂ। ਇੱਥੇ ਫਿਰਦਾ ਹਰਜੀਤ, ਮੈਂ ਉੱਧਰ ਗਾਇਆ, ਕਦੋਂ ਦੀ ਲੱਗੀ ਹਾਂ ਹਲਕ ਪੜਵਾਉਣ ਆਵਾਜ਼ਾਂ ਮਾਰਨ। ਮੈਂ ਤਾਂ ਭੂਆ ਫਿਰ ਇੱਧਰ ਹਰਾ ਵੱਢਣ ਆ ਗਿਆ ਸੀਗਾ,
ਤੇ ਸਪਰੇਅ ਹੋ ਗਈ। ਹਾਂ ਉਹ ਤਾਂ ਬਾਗੇ ਸਪਰੇਅ ਤੁਹਾਨੂੰ ਦੱਸਿਆ ਸੀ ਕਿੱਲਾ ਕੁ ਰਹਿੰਦਾ ਸੀਗਾ। ਤੇ ਫਿਰ ਫੋਨ ਕਿਉਂ ਨਹੀਂ ਚੱਕਦਾ, ਕਿੱਥੇ ਤੇਰਾ ਫੋਨ? ਫੋਨ ਭੂਆ ਮੈਂ ਕੋਠੇ ਕੋਲੇ ਰੱਖਤਾ ਸੀਗਾ, ਫਿਰ ਮੈਂ ਕਿਤੇ ਖਾਲ ਖੂਲ ਚ ਡਿੱਗ ਪਿਆ, ਪਾਣੀ ਦੀਆਂ ਢੋਲੀਆਂ ਭਰਦਾ ਸੀ ਨਾ ਮੈਂ, ਤਾਂ ਕਰਕੇ ਉੱਥੇ ਰੱਖਤਾ ਸੀਗਾ। ਮੈਂ ਤੇ ਤੇਰੀ ਮਾਂ ਕਿਹੜੇ ਵੇਲੇ ਦੀਆਂ ਮੱਥਾ ਮਾਰਨ ਲੱਗੀਆਂ ਨੇ। ਮੈਂ ਆਖਿਆ ਪਤਾ ਨਹੀਂ ਕੀ ਗੱਲ ਹੋ ਗਈ, ਮੁੰਡਾ ਫੋਨ ਕਿਉਂ ਨਹੀਂ ਚੱਕਦਾ? ਉਹ ਘਰੇ ਤੇਰੀ ਸੱਸ ਆਈ ਹੋਈ ਸੀ, ਤਾਂ ਮੈਂ ਤਾਂ ਉਹੀ ਗੱਲ ਸਾਹੋ ਸਾਹ ਹੋਈ ਪਈ ਆ, ਭੱਜੀ ਆਈ ਆ। ਮਾਂ ਪਤਾ ਨਹੀਂ ਕੀ ਗੱਲ ਹੋ ਗਈ, ਮੁੰਡਾ ਫੋਨ ਕਿਉਂ ਨਹੀਂ ਚੱਕਦਾ? ਨਾ ਨਾ, ਮੈਂ ਦੱਸ ਕੇ ਤਾਂ ਆਇਆ ਸੀਗਾ ਕਮਲ ਨੂੰ ਘਰੇ, ਉਹਨੇ ਮੈਨੂੰ ਦੱਸਿਆ ਸੀ, ਕਹਿੰਦੀ ਕਿ ਮੇਰੀ ਮਾਂ ਆਊਗੀ, ਤੜਕੇ ਕਲੇਸ਼ ਕਰਕੇ ਹਟੀ ਹੈਗੀ। ਚੱਲ ਪੁੱਤ, ਤੁਸੀਂ ਕਾਹਦੇ ਪਿੱਛੇ ਕਲੇਸ਼ ਕਰਨ ਲੱਗ ਜਾਂਦੇ ਹੋ? ਕੀ ਗੱਲ ਹੋ ਗਈ ਸੀ, ਕਿਉਂ ਬੋਲ ਪਏ ਸੀ? ਬਸ ਕੁਛ ਨਹੀਂ, ਉਹੀ ਆ ਠੰਡਾ ਜਿਹਾ ਮੰਗਾਉਣ ਨੂੰ ਕਹਿੰਦੀ ਸੀ ਦੁਕਾਨ ਤੋਂ, ਚੱਲ ਮੈਂ ਭੂਆ ਲਿਆਊਗੀ, ਕਹਿੰਦੀ ਤੂੰ ਲਿਆ ਕੇ ਦੇ ਮੈਨੂੰ। ਓਹੋ, ਚੱਲ ਕੋਈ ਨਹੀਂ ਪੁੱਤ, ਮਾੜੀ ਮਾੜੀ ਗੱਲ ਤੇ ਨਾ ਖਿੱਚ ਖਿੱਚ ਨਾ ਕਰਿਆ ਕਰੋ। ਜਿਹੜੀ ਕੋਈ ਚੀਜ਼ ਮੰਗਣੀ ਹੁੰਦੀ ਆ ਪਹਿਲਾਂ ਉਹਨੂੰ ਲਿਆ ਕੇ ਦੇ ਦੇ, ਉਹ ਨਿਆਣੀ ਉਹ ਨਾ ਸਮਝਿਆ। ਮੇਰੀ ਗੱਲ ਸੁਣ, ਉਧਰੋਂ ਉਹਦੀ ਮਾਂ ਨੇ ਆਉਣਾ ਸੀ, ਜਦੋਂ ਪੇਕਿਆਂ ਨੇ ਆਉਣਾ ਹੋਵੇ ਕੁੜੀ ਨੂੰ ਹੁੰਦਾ ਹੀ ਆ ਵੀ ਮੇਰੇ ਘਰੇ ਸਾਰੀਆਂ ਚੀਜ਼ਾਂ ਹੋਣ, ਵੀ ਜਾ ਕੇ ਉੱਥੇ ਮੇਰੇ ਪੇਕੇ ਘਰ ਵਾਲੇ ਉੱਥੇ ਜਾ ਕੇ ਤਰੀਫਾਂ ਕਰਨ। ਭੂਆ ਫਿਰ ਮੈਂ ਕਿਹੜਾ ਜਵਾਬ ਦਿੱਤਾ ਸੀ ਉਹਨੂੰ? ਮੈਂ ਕਿਹਾ ਸੀ, ਮੈਂ ਚੱਲ ਭੂਆ ਆਊਗੀ ਤਾਂ ਉਹ ਲਿਆ ਕੇ ਦੇ ਦੂਗੀ, ਬਾਕੀ ਸਮਾਨ ਘਰੇ ਪਿਆ ਹੈਗਾ। ਫਿਰ ਉਹ ਤੂੰ ਹੀ, ਤੈਨੂੰ ਪਤਾ ਤਾਹਾਂ ਚੜ ਜਾਂਦੀਆਂ ਕੋਠਿਆਂ ਤੇ ਫਿਰ। ਚੱਲ ਕੋਈ ਗੱਲ ਨਹੀਂ ਪੁੱਤ, ਆਪ ਨੀਵੇਂ ਹੋ ਜਾਓ, ਜੇ ਇੱਕ ਜਾਣਾ ਮਾੜਾ ਤਾਂ ਸਾਰਿਆਂ ਨੇ ਤਾਂ ਨਹੀਂ ਮਾੜੇ ਹੋਣਾ। ਕਿੰਨੇ ਕੁ ਦਿਨ ਬੋਲੂਗੀ, ਬੋਲ ਕੇ ਆਪੀ ਚੁੱਪ ਕਰ ਜੂਗੀ ਪੁੱਤ, ਤੂੰ ਆਪ ਸਿਆਣਾ ਵਿਆਣਾ ਗਾ। ਹੁਣ ਮੈਂ ਤਾਂ ਹੀ ਕਹਿੰਦੀ ਸੀ ਤੈਨੂੰ, ਚੱਲ ਵਧੀਆ ਹੋ ਗਿਆ, ਲੈ ਤੇਰੇ ਨਾਲ ਦੋ ਪਰੀਆਂ ਕੱਖਾਂ ਦੀਆਂ ਮੈਂ ਵੜਾ ਦਿੰਦੀ ਹਾਂ, ਨਾਲ ਤਾਂ ਤੇਰੀ ਸੱਸ ਤੈਨੂੰ ਡੀਕੀ ਜਾਂਦੀ ਆ, ਕਹਿੰਦੀ ਮੈਂ ਮਿਲ ਕੇ ਜਾਣਾ ਗਾ, ਤੇ ਚੱਲ ਆਪਾਂ ਫਿਰ ਭੂਆ ਭਤੀਜੇ ਬਾਗ ਚੱਲਾਂਗੇ। ਚੱਲ ਫਿਰ ਐਂ ਕਰਿਆ, ਦਾਤੀ ਇੱਕ ਹੋਰ ਪੀ ਹੈਗੀ, ਚਾਹ ਫਿਰ ਪੀ ਲਾ, ਤਾਂ ਮੈਂ ਘਰੇ ਜਾ ਕੇ ਪੀ ਲੂੰ ਭੂਆ, ਜੇ ਵੱਢਣੇ ਤਾਂ ਆਪਾਂ ਵੱਢ ਲੈਂਦੇ ਹਾਂ। ਤੂੰ ਐਂ ਕਰ, ਦੋ ਘੁੱਟਾ ਚਾਹ ਦੀਆਂ ਭਰ ਲਾ ਤੇ ਮੈਂ ਵੱਢ ਦਿੰਦੀ ਹਾਂ, ਲਿਆ ਫੜਾ ਉਰੇ। ਚੱਲ ਹਾਂ, ਹੋਰ ਡਿੱਗੀ ਜੀ ਪੀ ਜਾਂਗੇ, ਦਾਤੀ ਨੰਬਰ ਵਾਲੀ ਤਾਹਾਂ ਤਾਹਾਂ ਤੋਂ ਵੱਢਦੇ। ਕੋਈ ਨਹੀਂ ਮੈਨੂੰ ਇਹਦਾ ਦੱਸ ਸਿਖਿਆ, ਕੋਈ ਨਹੀਂ ਮੈਂ ਵੱਢ ਲੂੰਗੀ, ਮੈਂ ਕਿਹੜਾ ਕਦੇ ਕੱਖ ਨਹੀਂ ਕਰੇ ਆ। ਫਿਰ ਤੇਰੀ ਮਾਂ ਪੁੱਤ ਮੈਂ ਤਾਂ ਕੱਲੀ ਆਈ ਆਂਗੀ। ਅੱਛਾ, ਹੋਰ ਫਿਰ ਤੇਰੀ ਸੱਸ ਆਈ ਹੋਈ ਆ? ਉਹ ਤਾਂ ਮੈਂ ਵੀ ਆਉਂਦਾ ਸੀਗਾ, ਚੱਲ ਮੈਂ ਹਰਾ ਵੱਢ ਲੈਂਦੇ, ਫਿਰ ਦੁਬਾਰੇ ਹੱਥ ਨੇ ਕਿੱਧਰੋਂ ਉੱਜਾ ਕੇ ਮੈਂ ਚੱਲ ਲੈ ਜਾਂਗੇ ਬਾਅਦ ਚ ਆ ਕੇ। ਜੇ ਤਾਂ ਪੁੱਤ ਫੋਨ ਚੱਕ ਲੈਂਦਾ ਫਿਰ ਤਾਂ ਗੱਲ ਹੋ ਜਾਂਦੀ, ਚੱਲ ਫਿਰ ਵੀ ਆਉਣਾ ਗਾ ਤੂੰ। ਮੈਂ ਵੀ ਪੁੱਛ ਰਹੀ ਸੀ, ਮੈਂ ਤਾਂ ਹਾਏ ਤਾਂ ਮੰਗਾ ਕਿੱਲਾ ਡੇਢ ਕਿੱਲਾ ਤੇ ਵੀ ਹੋ ਗਈ ਹੋਊਗੀ ਸਪਰੇਅ, ਜਦੋਂ ਤਾਂ ਫੋਨ ਨਹੀਂ ਚੱਕਿਆ ਤਾਂ ਪੁੱਤ ਮੈਨੂੰ ਆਉਣਾ ਪਿਆ। ਚੱਲ ਕੋਈ ਨਾ। ਭੈਣ ਜੀ ਚਾਹ ਲੈ ਕੇ ਵਾਗੀ ਵੀ ਰਹੇ ਭੈਣ ਜੀ? ਹਾਂ ਭੈਣੇ, ਉਹ ਹਰਜੀਤ ਨੂੰ ਫੋਨ ਲਾਇਆ ਸੀ, ਹਰਜੀਤ ਨੇ ਚੱਕਿਆ ਨਹੀਂ ਫੋਨ। ਅਮਨ ਕਹਿੰਦੀ ਚੱਲ ਨਾਲੇ ਮੈਂ ਚਾਹ ਫੜਾ ਆਉਂਦੀ ਹੈਗੀ, ਨਾਲੇ ਫਿਰ ਹਰਜੀਤ ਨੂੰ ਸੁਨੇਹਾ ਲਾਉਂਗੀ ਵੀ ਘਰੇ ਆਜੂ, ਤੇਰੀ ਮਾਂ ਆ ਰਹੀ ਹੈ। ਜੇ ਭੈਣ ਜੀ ਬਾਗੀ ਨਾ ਖੇਤ ਚਾਹ ਲੈ ਕੇ, ਮੈਨੂੰ ਤਾਂ ਨਹੀਂ ਲੱਗਦਾ ਫਿਰ ਵੀ ਹਰਜੀਤ ਘਰੇ ਆਊਗਾ। ਕਿਉਂ ਭੈਣ ਜੀ, ਮੈਂ ਤੁਹਾਡੀ ਗੱਲ ਸਮਝੀ ਨਹੀਂ। ਲੈ ਇਹਦੇ ਵਿੱਚ ਸਮਝਣ ਵਾਲੀ ਕਿਹੜੀ ਗੱਲ ਹੈ ਭੈਣ ਜੀ? ਹੁਣ ਜੇ ਤਾਂ ਨਾ ਚਾਹ ਲੈ ਕੇ ਜਾਂਦੀ ਫਿਰ ਤਾਂ ਉਹ ਚਾਹ ਪੀਣ ਦੇ ਬਹਾਨੇ ਹੀ ਘਰੇ ਆ ਜਾਂਦਾ। ਹੁਣ ਚਾਹ ਉਹਦੇ ਕੋਲ ਖੇਤ ਵਾਗੀ, ਹੁਣ ਉਹ ਕੀ ਕਰਨ ਆਊਗਾ? ਭਲਾ ਹੁਣ ਤਾਂ ਕੰਮ ਧੰਦਾ ਨਿਮੇੜ ਕੇ ਆਊਗਾ। ਨਾ ਨਾ ਭੈਣ ਜੀ, ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਜਦੋਂ ਹਰਜੀਤ ਨੂੰ ਪਤਾ ਲੱਗ ਗਿਆ ਵੀ ਮੇਰੀ ਮਾਂ ਆਈ ਹੈ, ਹਰਜੀਤ ਤਾਂ ਭੱਜੇ ਆਊਗਾ। ਕੰਮ ਕਰਦਾ ਕੀ ਹੈ ਭੈਣੇ, ਉਹ ਤਾਂ ਹੁੰਦੇ ਹੀ ਰਹਿਣੇ ਨੇ। ਓਹੋ, ਉਹੀ ਤਾਂ ਮੈਂ ਗੱਲ ਕਰਦੀ ਹਾਂ ਭੈਣ ਜੀ, ਹਰਜੀਤ ਨੂੰ ਤਾਂ ਜੇ ਪਤਾ ਲੱਗ ਗਿਆ ਉਹ ਤਾਂ ਭੱਜਿਆ ਆਊਗਾ। ਹੁਣ ਉਹਦੀ ਭੂਆ ਉੱਥੇ ਵਗੀ, ਉਹ ਰੋਕੂ ਨਾ ਉਹਨੂੰ। ਰੋਕਣ ਨੂੰ ਨਹੀਂ ਗਈ ਭੈਣੇ, ਉਹ ਤਾਂ ਸਗੋਂ ਹਰਜੀਤ ਨੂੰ ਲੈਣ ਗਈ ਹੈ ਵੀ ਆਪਦੀ ਮਾਂ ਨੂੰ ਮਿਲ ਲੈ। ਤੇਰੀ ਮਾਂ ਨੇ ਕਿਹੜਾ ਰੋਜ਼ ਰੋਜ਼ ਆਉਣਾ? ਦੇਖ ਭੈਣ ਜੀ, ਮੈਨੂੰ ਘੁਮਾ ਫਿਰਿਆ ਕੇ ਜੇ ਤਾਂ ਗੱਲ ਕਰਨ ਦੀ ਆਦਤ ਨਹੀਂ, ਮੈਂ ਤਾਂ ਤੈਨੂੰ ਸਿੱਧੀ ਤੇ ਸਪਸ਼ਟ ਗੱਲ ਦੱਸਦੀ ਹਾਂ। ਦੇਖ ਹੁਣ ਸਮਾਂ ਆ ਗਿਆ, ਤੂੰ ਆਪਦੀ ਕਬੀਲਦਾਰੀ ਕਰ ਆਪਦੇ ਹੱਥ 'ਚ, ਹੁਣ ਸੁੱਖ ਨਾਲ ਤੂੰ ਫਿਰ ਵੀ ਨੂੰਹ ਵਾਲੀ ਹੋ ਗਈ। ਕਿਹੜੀ ਕਬੀਲਦਾਰੀ ਦੀ ਗੱਲ ਕਰਦੇ ਹੋ ਭੈਣੇ, ਮੈਂ ਤੁਹਾਡੀ ਗੱਲ ਸਮਝੀ ਨਹੀਂ। ਕਬੀਲਦਾਰੀ ਤਾਂ ਕਿੱਦੇ ਦੀ ਮੇਰੇ ਹੱਥ 'ਚ ਹੀ ਹੈ। ਜੇ ਭੈਣੇ ਕਬੀਲਦਾਰੀ ਤੇਰੇ ਹੱਥ 'ਚ ਹੁੰਦੀ ਨਾ, ਮੈਨੂੰ ਇੱਥੇ ਬਹਿ ਕੇ ਆ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਸੀ। ਆ ਮੇਰੀ ਧੀ ਤਾਂ ਮਾੜੀ ਮਾੜੀ ਚੀਜ਼ ਨੂੰ ਤਰਸਦੀ ਹੈ, ਮਾੜੀ ਜਿਹੀ ਚੀਜ਼ ਲੈਣੀ ਹੈ ਕੋਈ ਭੂਆ ਅੱਗੇ ਹੱਥ ਅੱਡਣਾ ਪੈਂਦਾ ਉਹਨੂੰ। ਇਹੋ ਜਿਹੀ ਤਾਂ ਕੋਈ ਗੱਲ ਨਹੀਂ ਭੈਣੇ, ਹੱਥ ਅੱਡਣ ਵਾਲੀ, ਨਾਲੇ ਅਸੀਂ ਤਾਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖੀ,
ਸਾਰਾ ਕੁਝ ਸਾਹਮਣੇ ਹੀ ਹੈ, ਅਸੀਂ ਕਿਹੜਾ ਭੂਆ ਨੂੰ ਕਬੀਲਦਾਰੀ ਫੜਾ ਰੱਖੀਏ। ਨਹੀਂ ਨਹੀਂ ਭੈਣੇ, ਇਹ ਤਾਂ ਤੇਰਾ ਭਰਮੇ ਹੈ, ਜਦ ਉਹਦੇ ਭੂਆ ਦੇ ਪਿਆਰ ਤੋਂ ਇੰਨੀ ਅੰਨੀ ਹੋ ਰਹੀ ਹੈ, ਤੈਨੂੰ ਕੁਛ ਨਜ਼ਰੇ ਨਹੀਂ ਆਉਂਦਾ ਹੈਗਾ। ਨਜ਼ਰ ਤਾਂ ਭੈਣੇ ਕਿਉਂ ਨਹੀਂ ਆਉਂਦਾ ਹੈਗਾ, ਇਹ ਤਾਂ ਵਾਧੂ ਦੀਆਂ ਤੁਹਾਡੀਆਂ ਗੱਲਾਂ ਨੇ, ਮੈਂ ਤਾਂ ਆਪਦੀ ਨਣਦ ਸਿਰ 'ਤੇ ਹੀ ਆਪਦਾ ਰੰਡ ਪੂਣਾ ਕੱਟ ਲਿਆ। ਮੰਨਿਆ ਭੈਣੇ, ਤੈਂ ਤੇਰੀ ਨਣਦ ਦੇ ਸਿਰ 'ਤੇ ਵਕਤ ਕੱਟਿਆ, ਉਹਨੇ ਮਾੜੇ ਟਾਈਮ 'ਚ ਤੇਰਾ ਸਾਥ ਦਿੱਤਾ, ਪਰ ਫਿਰ ਵੀ ਜਦੋਂ ਧੀ ਪੁੱਤ ਬਰਾਬਰ ਦੇ ਹੋ ਜਾਣ, ਨੂੰਹਾਂ ਜਮਾਈ ਘਰੇ ਆਉਣ ਲੱਗ ਜਾਣ, ਬੰਦੇ ਨੂੰ ਵਕਤ ਵਿਚਾਰਨਾ ਹੀ ਪੈਂਦਾ। ਦੇਖ ਭੈਣ ਜੀ, ਹੁਣ ਮੈਂ ਵਕਤ ਵਿਚਾਰਦੀ ਸੋਹਣੀ ਨਹੀਂ ਲੱਗਦੀ, ਤੇ ਰਹੀ ਗੱਲ ਕਬੀਲਦਾਰੀ ਵਾਲੀ, ਅਸੀਂ ਤਾਂ ਉਹਨੇ ਕੋ ਪੈਸੇ ਲਿਆਉਂਦੇ ਆ ਜਿੰਨੇ ਕੋ ਸਾਨੂੰ ਲੋੜ ਹੁੰਦੀ ਹੈ, ਤੇ ਉਹਨੂੰ ਕੋਈ ਜਿੰਦਾ ਨਹੀਂ ਲੱਗਿਆ, ਜਿੰਨੇ ਜਿਹਨੂੰ ਲੋੜ ਹੁੰਦਾ ਉਹਨੇ ਚੱਕ ਕੇ ਲੈ ਜਾਂਦਾ। ਤੁਹਾਨੂੰ ਤਾਂ ਜਿੰਨੀ ਲੋੜ ਹੈ ਤੁਸੀਂ ਲੈ ਜਾਂਦੇ ਹੋ ਚੱਕ ਕੇ, ਫਿਰ ਮੇਰੀ ਧੀ ਦੀਆਂ ਲੋੜਾਂ ਕਿਉਂ ਨਹੀਂ ਪੂਰੀਆਂ ਹੁੰਦੀਆਂ, ਉਹ ਕਿਉਂ ਬਿਰਬਿਰ ਕਰਦੀ ਹੈ ਮੇਰੇ ਕੋਲੇ? ਲੈ ਭੈਣ ਜੀ, ਹੱਦ ਕਰਦੇ ਹੋ ਤੁਸੀਂ, ਕਿਹੜੀ ਚੀਜ਼ ਨਹੀਂ ਅਸੀਂ ਕਮਲ ਨੂੰ ਲਿਆ ਕੇ ਦਿੱਤੀ? ਬਾਜ ਮਾਰੋ, ਪੁੱਛੋ ਉਹਨੂੰ ਵੀ ਕਿਹੜੀ ਚੀਜ਼ ਦੀ ਘਾਟ ਹੈ ਉਹਨੂੰ। ਦੇਖ ਭੈਣ ਜੀ, ਜੇ ਮੈਂ ਸੋਨੂੰ ਸੱਸ ਨੂੰਹਾਂ ਨੂੰ ਮੂੰਹੋਂ ਦੂਹੀ ਕਰਦੀ ਹਾਂ ਨਾ, ਤਾਂ ਘਰੇ ਕਲੇਸ਼ ਪਊ, ਨਾ ਆਂਢ ਗੁਆਂਢ ਆਏ ਆਖੂਗਾ ਵੀ ਆਹ ਕਮਲ ਦੀ ਮਾਂ ਆਈ ਸੀ ਲੜਾਈ ਪਵਾ ਗਈ ਘਰੇ। ਤੂੰ ਮੇਰੀਆਂ ਗੱਲਾਂ 'ਤੇ ਗੌਰ ਕਰੀ। ਤੁਹਾਡੀਆਂ ਗੱਲਾਂ 'ਤੇ ਤਾਂ ਗੌਰ ਹੀ ਹੈ, ਮੈਂ ਤਾਂ ਸਗੋਂ ਐਂ ਕਹਿੰਦੀ ਸੀ ਵੀ ਤੁਹਾਡੀ ਧੀ ਹੈ, ਤੁਸੀਂ ਸਮਝਾ ਕੇ ਜਾਇਓ ਵੀ ਕੋਈ ਉਹ ਵਾਧੂ ਘਾਟੂ ਗੱਲ ਨਾ ਕਰਿਆ ਕਰੇ ਭੂਆ ਨੂੰ। ਨਹੀਂ ਭੈਣ ਜੀ, ਵਾਧੂ ਘਾਟੂ ਤਾਂ ਕਾਹਨੂੰ ਕਰਦੀ ਹੈ, ਧੀ ਤਾਂ ਮੇਰੀ ਸਮਝਾਈ ਹੋਈ ਹੋ ਹੈ, ਪੜ੍ਹੀ ਲਿਖੀ ਐਂ ਕਿਹੜਾ ਉਹ ਕੋਈ ਕਮਲੀ ਹੈਗੀ। ਆ ਦੇਖ ਲੈ, ਅੱਡੇ ਤੱਕ ਪਹਿਲਾਂ ਮਸਾਂ ਦਾ ਤੁਰਕੇ ਗਈ ਹੈ, ਫਿਰ ਤੁਰਕੇ ਮਸਾਂ ਆਏ, ਸਾਹ ਚੜ੍ਹਨਾ ਹੋ ਗਿਆ। ਉਹ ਤੈਨੂੰ ਕਿਹਾ ਤਾਂ ਹੈਗਾ ਜੀ ਮੋਟਰਸਾਈਕਲ ਦੇ ਵਗ ਚੱਲਦੇ ਆ, ਪਰ ਤੂੰ ਕਿਹੜਾ ਮੰਨੀ ਆ। ਵਾਹ ਵੇ ਤੇਰੇ, ਕਹਿੰਦਾ ਮੋਟਰਸਾਈਕਲ ਦੇ ਵਗ ਚੱਲਦੇ ਆ, ਨਾ ਕੁੜੀ ਤਾਂ ਬਿਮਾਰ ਹੈਗੀ, ਇਹਨੂੰ ਉੱਤੋਂ ਦੀ ਹਵਾ ਹੋਰ ਲੱਗ ਜਾਣੀ ਤੀ, ਹੋਰ ਬਿਮਾਰ ਹੋ ਜਾਂਦੀ। ਓਏ ਹੁਣ ਤੂੰ ਫਿਰ ਕੀ ਚਾਹੁੰਦੀ ਆ, ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ, ਨਾਲੇ ਹੌਲੀ ਬੋਲ, ਪਿੰਡ ਦੇ ਗਲੀਆਂ ਵਿੱਚ ਦੀ ਜਾਂਦੇ ਆ, ਆਹ ਲੋਕ ਦੇਖ ਲੈ ਕਿਵੇਂ ਝਾਕਦੇ ਹੋਣਗੇ ਆਪਣੇ ਕੰਨੀ। ਵੇ ਪਤੀ ਆ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ, ਤੁਹਾਡੀਆਂ ਕਰਤੂਤਾਂ ਪਿੰਡ ਦੇ ਸਾਰੇ ਜਾਣਦੇ ਨੇ, ਮੈਂ ਤਾਂ ਇਹੀ ਚਾਹੁੰਦੀ ਆ ਵੀ ਗੱਡੀ ਲੈ ਲੈ, ਗੱਡੀ 'ਚ ਵਗ ਜਾ ਕਰਾਂਗੇ ਜੇ ਲੋੜ ਪਿਆ ਕਰੂਗੀ। ਜਹਾਜ਼ ਨਾ ਲੈ ਲਈਏ, ਅਗਰ ਗੱਡੀ ਲੈ ਲਾ, ਉਹ ਬੀਬੀ ਲੈਣ ਦਿੰਦੀ ਆ ਗੱਡੀ ਆਪਾਂ ਨੂੰ। ਤੁਸੀਂ ਕਿਉਂ ਲੜੀ ਜਾਂਦੇ ਹੋ? ਓ ਪੁੱਤ, ਮੈਂ ਨਹੀਂ ਲੜਦਾ ਹੈਗਾ, ਆ ਤੇਰੀ ਮਾਂ ਨੂੰ ਆਦਤ ਆ, ਨਾਲੇ ਪੁੱਤ ਇੱਥੇ ਤਾਂ ਮੈਨੂੰ ਡੈਡੀ ਕਹਿਦੀ, ਪਰ ਘਰੇ ਜਾ ਕੇ ਨਾ ਕਹੀਂ, ਘਰੇ ਜਾ ਕੇ ਤਾਂ ਮੈਂ ਤੇਰਾ ਫੁੱਫੜਾਂ। ਚੰਗਾ, ਕਿਉਂ ਕੀ ਗੱਲ ਡੈਡੀ ਕਹੂ ਮੈਂ ਘਰੇ ਜਾ ਕੇ, ਬਥੇਰੇ ਦਿਨ ਹੋ ਗਏ ਫੁੱਫੜ ਫੁੱਫੜ ਕਹਿੰਦੀ ਨੂੰ। ਓਏ ਆਪਣੀ ਬੁੜੀ ਜੀ ਫੁੜਕ ਜੂਗੀ, ਮਰ ਜੂ ਉਹ। ਵੇ ਵਧੀਆ, ਮੈਂ ਤਾਂ ਕਹਿੰਦੀ ਛੇਤੀ ਫੁੜਕੇ ਰਾਂਦ ਕੱਟੇ, ਨਾਲੇ ਗੱਡੀ ਲੈ ਲਾਂਗੇ। ਓ ਹਰਪ੍ਰੀਤ, ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਕਿਹਾ ਕਰ ਮਾਂ ਨੂੰ, ਐ ਨਾ ਬੋਲਿਆ ਕਰ, ਉਹ ਮਾੜੇ ਸ਼ਬਦ ਮੂੰਹ 'ਚੋਂ ਕੱਢਣੇ ਨਹੀਂ ਚਾਹੀਦੇ ਬੰਦੇ ਨੂੰ। ਮੈਂ ਤਾਂ ਹੀ ਕੱਢੂ, ਜਦੋਂ ਤੇਰੀ ਮਾਂ ਮਾੜੇ ਸ਼ਬਦ ਕਰਦੀ ਆ ਉਹ ਤਾਂ ਤੂੰ ਬੋਲਦਾ ਨਹੀਂ, ਊਂ ਤਾਂ ਤੇਰੀ ਮਾਂ ਵੱਡੀਆਂ ਵੱਡੀਆਂ ਫੜਾ ਮਾਰੂਗੀ, ਸਾਡੇ ਇੰਨੇ ਕਿੱਲੇ ਜ਼ਮੀਨ ਦੇ ਨੇ, ਸਾਡੇ ਇੰਨੇ ਕਿੱਲੇ ਜ਼ਮੀਨ ਦੇ ਨੇ, ਅੰਬਰ ਨੂੰ ਟਾਕੀਆਂ ਲਾਉਂਦੀ ਆ, ਗੱਡੀ ਕਲੈ ਨਹੀਂ ਸਕਦੀ, ਬੋਲਣ ਬੋਲਣ ਨੂੰ ਹੈ, ਪੱਲੇ ਕੱਖ ਨਹੀਂ ਹੈਗਾ। ਹੁਣ ਫਿਰ ਵੇਚ ਦਈਏ ਜੇ ਜ਼ਮੀਨ ਹੈਗੀ ਆ ਤਾਂ। ਹੋਰ ਵੇਚ ਦੇ, ਆਪੇ ਵਿਕ ਜੂਗੀ, ਜਿਹੇ ਜੇ ਚੱਜ ਰਹੇ ਤੁਹਾਡੇ ਸਾਰੇ ਟੱਬਰ ਦੇ, ਲੋੜ ਹੀ ਨਹੀਂ ਵੇਚਣ ਦੀ। ਅਜਬ ਆਉਂਦੀ ਆ, ਮੈਨੂੰ ਲੱਗਦੀ ਆ ਹੰਸਾਂ ਦੀ ਜੋੜੀ। ਇਹ ਲੈ ਲੰਘ ਚੱਲ, ਆਜੋ ਜੀ। ਕਿਉਂ ਮਾਂ, ਠੀਕ ਹੈ? ਹਾਂ ਠੀਕ ਹਾਂ, ਮਾਂ ਨੂੰ ਕੀ ਹੋਇਆ? ਠੀਕ ਨੂੰ ਉਹ ਮਖਾਂ ਕੱਲੀ ਜੀ ਕਿਵੇਂ ਬੈਠੀ ਆ, ਮਨਾ ਬਹੁਤਾ ਸੀ। ਲੈ ਦੇਖ ਲੈ ਕਿ ਕੱਲੀ ਕਿਵੇਂ ਬੈਠੀ ਹੈ, ਹੋਰ ਕੌਣ ਬੈਠੂ, ਕੋਈ ਧੀ ਨਹੀਂ ਕੋਲੇ ਬੈਠਣ ਵਾਲੀ, ਕੋਈ ਪੁੱਤ ਨਹੀਂ ਕੋਲੇ ਬੈਠਣ ਵਾਲਾ, ਵੀਰ ਕੱਲੀ ਨੂੰ ਹੀ ਬੈਠਣਾ। ਨਾ ਕੀ ਗੱਲ, ਮਾਂ ਦੀ ਚੌਂਕੀ ਭਰਨੀ ਜ਼ਰੂਰੀ ਤੀ? ਨਾ ਨਾਲੇ ਤੂੰ ਬੀਬੀ ਕੋਲੇ ਨਾਲ ਲੱਗੀ ਬੈਠੀ ਰਹੀ ਹੈ ਸਾਰਾ ਦਿਨ, ਜਿਵੇਂ ਰਾਖੀ ਵਾਲਾ ਕੁੱਤਾ ਬੰਨਿਆ ਹੁੰਦਾ ਕੋਲੇ ਨਾਲ। ਮਾੜਾ ਮੋਟਾ ਅੰਦਰ ਬਹਿ ਜਾ ਕਰ, ਇੱਥੇ ਆਉਣ ਜਾਣ ਵਾਲੇ ਦੇ ਮੱਥੇ ਲੱਗਦੀ ਹੈ, ਕਿਸੇ ਦਾ ਕੰਮ ਨਹੀਂ ਬਣਦਾ ਹੋਣਾ। ਹੋਰ ਹੋਰ, ਤੂੰ ਆ ਗਈ ਭਾਗਾਂ ਵਾਲੇ ਮੱਥੇ ਵਾਲੀ, ਨਹੀਂ ਤੇਰੇ ਵਾਂਗੂ ਬੰਦੇ ਤਾਂ ਨਹੀਂ ਮੈਂ ਖਾਂਦੀ, ਤੂੰ ਤਾਂ ਮਗਰ ਬੰਦੇ ਖਾ ਖਾ ਆਈ ਹੈ, ਜੇ ਉੱਥੇ ਡਾਉਣੀ ਆ ਮੰਜਾ ਉੱਥੇ ਨਹੀਂ ਡਾਉਣ ਦਿੰਦੀ, ਜੇ ਹੁਣ ਉਰੇ ਡਾ ਲਿਆ ਬਾਹਰ 'ਚ ਮੰਜਾ ਤਾਂ ਇੱਥੇ ਨਹੀਂ ਡਾਉਣ ਦਿੰਦੀ। ਹੋਰ ਐਂ ਕਰ, ਮੇਰੀ ਬਾਂਹ ਫੜ ਕੇ ਘਰੋਂ ਬਾਹਰ ਕੱਢ ਦੇ, ਨਾਲੇ ਤੇਰਾ ਬੋਦਾ ਉੱਚਾ ਹੋ ਜਾਊਗਾ, ਕੱਲਾ ਹੀ ਨੇ ਸੱਸ ਕੱਢਤੀ ਘਰੋਂ। ਨਾ ਮੈਂ ਕਿਹੜੇ ਬੰਦੇ ਖਾਈ,
ਜਿਹੜੇ ਬੰਦੇ ਦੀ ਤੂੰ ਗੱਲ ਕਰਦੀ ਆ ਨਾ ਉਹਨੂੰ ਮੈਂ ਨਹੀਂ ਖਾਧਾ, ਮੈਂ ਉਹਨੂੰ ਛੱਡ ਕੇ ਆਈ ਆ। ਰਹੀ ਗੱਲ ਮੱਥੇ ਦੀ, ਆਪਦਾ ਮੱਥਾ ਦੇਖਿਆ ਕਦੇ ਸੀਸੇ 'ਚ ਸਮਾਰ ਕੇ? ਜਿਵੇਂ ਰੋਡਵੇਜ ਦੀ ਬੱਸ ਦਾ ਨਹੀਂ ਮੂਹਰਲਾ ਸੀਸਾ ਹੁੰਦਾ ਹੈ, ਉਹੋ ਜਿਹਾ ਬੁੱਥਾ ਤੇਰਾ? ਜੇ ਨਹੀਂ ਦੇਖਿਆ ਤਾਂ ਕਹੀ ਮੈਂ ਸੀਸਾ ਕੱਢ ਕੇ ਦਿਖਾਵਾਂ? ਤੂੰ ਹੀ ਦੇਖ ਲਿਆ ਕਰ, ਤੂੰ ਦੇਖ ਲਿਆ ਕਰ ਸੀਸੇ ਕੱਢ ਕੇ, ਤੇਰੀ ਮਾਂ ਦਿਖਾ ਲਿਆ ਕਰ ਜਾ ਕੇ। ਜਾ ਆ ਦੇਖ ਲੈ ਮੇਰੀ ਮਾਂ ਤੱਕ ਕਹਿੰਦੇ ਗੋਲ ਬੁੱਥਾ ਦੇ ਦੂੰ, ਚੁੱਪ ਕਰਾ ਲੈ ਇਹਨੂੰ। ਉਹ ਫਿਰ ਕਾਹਨੂੰ ਘਰ ਦੇ ਵਿੱਚ ਕਲੇਸ਼ ਪਾਇਆ? ਲੋਕਾਂ ਨੂੰ ਕਾਹਨੂੰ ਕੰਧੀ ਕੋਠੇ ਚੜਾਇਆ ਹੈਗਾ? ਉਹ ਕਲੇਸ਼ ਦਾ ਮੂੰਹ ਕਾਲਾ ਹੁੰਦਾ। ਅੱਛਾ ਅੱਛਾ, ਨਾ ਤੇਰਾ ਨਾਮ ਕਲੇਸ਼ ਹੈ? ਉਹ ਮੇਰਾ ਨਾਮ ਕਲੇਸ਼ ਕਿੱਥੋਂ ਆ ਗਿਆ ਹੁਣ? ਤੇ ਫਿਰ ਤੇਰਾ ਮੂੰਹ ਕਾਲਾ, ਮੈਂ ਤਾਂ ਤਾਂ ਕਹਿੰਦੀ ਵੀ ਤੇਰੇ ਹੀ ਨਾਮ ਕਲੇਸ਼ ਹੋਣਾ, ਕਾਲੇ ਮੂੰਹ ਵਾਲੇ ਦਾ। ਉਹ ਰੰਗ ਤਾਂ ਬੰਦੇ ਦੇ ਦੋ ਹੀ ਹੁੰਦੇ ਆ, ਗੋਰਾ ਤੇ ਕਾਲਾ। ਦੇਖ ਲਿਆ, ਦੱਸ ਕੇ ਹੁਣ ਕੀ ਕਰੀਮਾ ਮਲਣਾ ਤੇਰੇ ਵਾਂਗੂ? ਮੇਰਾ ਰੰਗ ਤਾਂ ਗੋਰਾ ਵੀ ਚੱਲ ਜੂ, ਕਾਲਾ ਵੀ ਚੱਲ ਜੂ, ਪਰ ਦਿਲ ਦਾ ਕਾਲਾ ਬੰਦਾ ਨਹੀਂ ਚੱਲਦਾ ਹੁੰਦਾ। ਆ ਜਿਹ ਜਾ ਤੇਰੀ ਮਾਂ ਦਾ ਦਿਲ ਹੈ। ਆ ਦੇਖ ਲੈ ਗੋਰੇ ਬੁੱਥੇ ਵਾਲੀ, ਦੇਖ ਦੇਖ ਕਿੱਡੀ ਸਿਆਣੀ ਹੈ, ਕਿੱਡੀ ਸਮਝਦਾਰ ਹੈ। ਨੀ ਜੈ ਵੱਢੀਏ, ਤੇਰੇ ਨਾਲ ਤਾਂ ਕੌੜ ਤੁੰਬੇ ਵੀ ਚੰਗੇ ਨੇ, ਕੋਈ ਫੱਕੀ ਚੂਰਮ ਤਾਂ ਬਣ ਜਾਣਾ ਪੁੱਤਗੇ ਤੇ, ਤਾਂ ਉਹ ਵੀ ਨਹੀਂ ਬਣਦਾ ਜੈ ਵੱਢੀਏ। ਅੱਛਾ, ਨਾ ਤੇਰਾ ਕੀ ਬਣੂ? ਤੂੰ ਦੱਸੀ ਤੇਰਾ ਕੀ ਬਣੂ? ਤੇਰੇ ਵਰਗੀ ਤਾਂ ਨਾ ਚੂਹਿਆਂ ਦੀ ਦਵਾਈ ਪਾ ਦੇ, ਐਂ ਪਤਾ ਲੱਗੇ ਵੀ ਘਰੋਂ ਖਾ ਕੇ ਬਾਹਰ ਜਾ ਕੇ ਮਰੀ ਹੈ। ਤੇਰੀ ਮਾਂ ਨੂੰ ਪਾ ਦੇ ਜਾ ਕੇ ਪਹਿਲਾਂ, ਕੰਜਰੀ ਨੂੰ ਜਿਹੜੀ ਨੇ ਜੰਮ ਕੇ ਤੂੰ ਮੇਰੇ ਇੱਥੇ ਮੱਥੇ ਮਾਰੀ। ਕੰਜਰੀਆਂ ਤੂੰ, ਕੰਜਰ ਨੇ ਤੈਨੂੰ ਜੰਮਣ ਵਾਲੇ, ਜੇ ਉਹਨਾਂ ਨੇ ਕੰਜਰਾਂ ਨੇ ਤੈਨੂੰ ਜੰਮਿਆ ਤਾਂ ਕੰਜਰੀ ਤੂੰ ਆਈ, ਤਾਂ ਤੇਰੇ ਮਗਰ ਕੰਜਰੀ ਮੈਂ ਆਈ। ਲੱਗੇ ਬੋਲਣਾ, ਚੁੱਪ ਕਰਕੇ ਨਾ ਅੰਦਰ ਵਗ ਜਾ, ਛਿੱਤਰ ਨਾ ਖਾਲੀ ਮੈਥੋਂ। ਅੱਛਾ, ਛਿੱਤਰ ਮੇਰੇ ਵੀ ਜੁੱਤੀ ਪਾਈ ਹੋਈ ਹੈ, ਭੁੱਲ ਜੂੰਗੀ ਵੀ ਤੂੰ ਮੇਰੀ ਸੱਸ ਲੱਗਦੀ ਹੈ। ਦੇਖ ਲੈ ਮੈਨੂੰ ਵੱਧ ਘੱਟ ਨਾ ਬੋਲਿਆ ਕਰ, ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ। ਓਏ ਹਰਪ੍ਰੀਤ, ਕਾਹਨੂੰ ਬੋਲੀ ਜਾਂਦੀ ਆ? ਤੂੰ ਬੋਲੀ ਜਾਏਂਗੀ, ਬੀਬੀ ਬੋਲੀ ਜਾਊ, ਇਹ ਬੋਲੀ ਜਾਊ, ਤੂੰ ਬੋਲੀ ਜਾਏਂਗੀ, ਉਹ ਚੁੱਪ ਕਰ ਜੋ ਨਾ। ਇਹਨੂੰ ਚੁੱਪ ਕਰਾ ਲੈ, ਮੈਨੂੰ ਕਹਿਣ ਨੂੰ ਰਹਿਣਾ ਸਾਰਾ ਦਿਨ, ਇਹੋ ਜਿਹਾ ਤੜਕੀ ਕਲੇਸ਼ ਪਵਾਇਆ, ਚੰਗੀ ਭਲੀ ਕੁੜੀ ਨੂੰ ਨਾ ਟਾਈਫਾਇਡ ਨਿਕਲਿਆ ਆ, ਤੂੰ ਲੱਗੀ ਤੀ ਮੱਥੇ ਜਦੋਂ ਅਸੀਂ ਗਏ ਤੇ। ਚੰਗੀ ਭਲੀ ਕੋਈ ਵਾਲੀ ਲਿਆਂਦੀ ਸੀਗੀ, ਲਿਆਂਦੀ ਕੋਈ ਬਿਮਾਰ ਹੈ ਉੱਥੋਂ ਇਲਾਜ ਕਰਨ ਤਾਂ ਇੱਥੇ ਲਿਆਉਂਦੀ ਹੈਗੀ, ਉੱਥੇ ਹੋਣਾ ਨਹੀਂ ਕੰਜਰਾਂ ਕੋਲੇ ਕੋਈ ਪੈਸਾ ਧੇਲਾ ਵੀ ਆ ਜਾ ਇੱਥੇ ਲਿਆਉਣੀ ਹੈਗੀ, ਇੱਥੇ ਜਾ ਕੇ ਕਰਾਉਂਦੀ ਹੈ ਇਲਾਜ ਮੈਂ। ਤੇਰੀ ਲੱਗਦੀ ਹੈ ਬਿੱਲੇ ਟਾਟੇ ਨਾਲ ਪਿੱਠਾ, ਹਨਾ ਆਈ ਆ ਵੱਡੇ ਪੈਸੇ ਆਈ ਨਹੀਂ ਆ ਤੇਰੇ, ਪਹਿਲੇ ਦੱਸੀ ਮੈਨੂੰ ਨਾ। ਫਿਰ ਸ਼ਾਹੂਕਾਰਾਂ ਦੀ ਨੇ ਕਾਹਤੋਂ ਲਿਆਂਦੀ ਹੈ, ਇੱਥੇ ਕਿਉਂ ਲਿਆਂਦੀ ਚੱਕ ਕੇ? ਮੈਂ ਤਾਂ ਇਹ ਲਿਆਉਂਦੀ, ਇਹ ਮੇਰੀ ਧੀ, ਮੈਂ ਇਹਦੀ ਮਾਂ, ਹਾਂ ਮਾਵਾਂ ਵਰਗੀ ਆ ਮੈਂ ਇਹਦੀ, ਤਾਂ ਲੈ ਕੇ ਆਪਦੀ ਭਤੀਜੀ ਨੂੰ ਵਰਗੀ ਆ ਤੂੰ, ਤੇਰੇ ਤਾਂ ਮਿਰਚਾਂ ਲੱਗਦੀਆਂ ਨੇ, ਤੂੰ ਕਰਕੇ ਬਹਿ ਜਾ, ਤੂੰ ਤਾਂ ਨਹੀਂ ਵਰਤਦੀ ਤੇਰੇ ਪੇਕਿਆਂ ਨਾਲ, ਮੈਂ ਤਾਂ ਵਰਤਣਾ ਹੈ। ਓ ਚੱਲ ਅੰਦਰ ਬਾਗ, ਚੱਲੋ ਚੱਲ ਪੁੱਤ, ਖੜੀ ਹੋ ਅੰਦਰ ਬਾਗ ਜਾਓ ਤੁਸੀਂ, ਚੱਲ ਪੁੱਤ ਚੱਲ ਅੰਦਰ। ਉਰੇ ਆ ਜਾ ਮੇਰੇ ਕੋਲ ਬਹਿ ਜਾ, ਇੱਥੇ ਆ ਜਾ, ਮੈਂ ਤੇਰੇ ਥੋੜਾ ਪਵਾ ਕੇ ਲਿਆਉਂਗੀ, ਤਾਂ ਭੌਂਕੀ ਜਾਂਦੀ ਨਾ, ਭੌਂਕੀ ਜਾਂਦੇ। ਨਾ 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 ਪੁੱਤ, ਇਹਦੇ ਕੋਲੇ ਨਾ ਲੱਗ ਜੀ, ਟਾਈਫਾਇਡ ਤੈਨੂੰ ਹੋਇਆ ਪਿਆ, ਇਹਨੇ ਚੁਰਚੁਰ ਚੁਰਚੁਰ ਕਰਨ ਨੂੰ ਹਟਣਾ ਨਹੀਂ, ਐਵੇਂ ਵਾਧੂ ਨਾ ਤੇਰੇ ਕੀ ਕਹਿੰਦੇ ਹੁੰਦੇ ਇਹਨਾਂ ਨੂੰ, ਛਾਲ ਪੈ ਜੂਗਾ ਛਾਲ। ਆ ਤੇਰੀ ਭੂ ਇਦਾਂ ਨਹੀਂ ਪੈਂਦਾ, ਛਾਲ ਪੁੱਤ, ਇਹਦੇ ਚੇਪੀ ਲੱਗੀ ਹੋਈ ਹੈ, ਜਾ ਵਗ ਜਾ ਵਗ ਜਾ। ਤੂੰ ਚੁੱਪ ਕਰ ਜਾ, ਫੇਵਿਕ ਵਿਕ ਲਿਆ ਕੇ ਨਾ ਬੁੱਲਾ ਐ ਚੇਪ ਨੂੰ, ਦੇਖ ਲੈ ਪਾਣੀ ਪੀਣ ਨੂੰ ਤਰਸੇਂਗੀ। ਉਹ ਤਰਪਾ ਆਪਦੇ ਚੇਪ ਲਾ, ਕਲੇਸ਼ ਕਰਦੇ ਹਾਂ ਆਪਦੇ ਬੁੱਲ ਦਾ, ਕੀ ਕਰਦਾ ਹੁਣੇ, ਤੈਨੂੰ ਨਹੀਂ ਕਰਦੀ ਨਾ ਗਾਹ। ਉਹ ਤਰਪਾ ਜੇ ਤੂੰ ਤੁਰੇਂਗੀ ਫੇਰ ਹੀ ਮੈਂ ਤੁਰੂੰਗਾ, ਇੱਥੇ ਜੁੰਡੋ ਜੁੰਡੀ ਹੋ ਜਾਊਗੀਆਂ, ਉਂਗਲ ਫੜ ਕੇ ਤੁਰੇਂਗਾ ਮੇਰੀ, ਹੈ ਕਮਾਲ ਕਰਦਾ ਜਾਨੀ, ਤੇਰੇ ਚ ਘਾਟਾ ਨੇ ਭਾਈ, ਤਾਂ ਇਹ ਬੋਲਦੀ ਹੈਗੀ, ਆਏ ਪੁੱਤ ਚੰਗੀ ਅੰਦਰ ਪੂਛ ਲਾ ਲਓ, ਇੱਕ ਦੂਜੇ ਦੀ ਐਂ ਤੁਰਿਆ ਫਿਰਿਆ ਕਰੋ, ਮਗਰ ਹਲਿਆਉਂਦੇ ਇੱਕ ਦੂਜਾ ਮੂਹਰੇ ਮਗਰ, ਬੇਸ਼ਰਮਾ ਨੇ ਕਿੱਥੇ ਸ਼ਰਮ ਲਾਹੀ ਹੈਗੀ। ਦੇਖ ਪੁੱਤ, ਮੈਂ ਤੈਨੂੰ ਐਂ ਕਹਿੰਦੀ ਸੀ, ਤੂੰ ਸੁੱਖ ਨਾਲ ਹੁਣ ਗੱਭਰੂ ਹੈਗਾ, ਵਿਆਹ ਹੈ ਵਰਿਆ ਗਿਆ, ਤੂੰ ਆਪਦੀਆਂ ਜ਼ਿੰਮੇਵਾਰੀਆਂ ਆਪ ਸਮਝ। ਨਾਲੇ ਪੁੱਤ, ਕਿੰਨਾ ਕੁ ਚਿਰ ਤੂੰ ਜ਼ਿੰਮੇਵਾਰੀਆਂ ਤੋਂ ਭੱਜੇਗਾ? ਜਿੰਨਾ ਕੁ ਤੂੰ ਭੱਜੇਗਾ ਜ਼ਿੰਮੇਵਾਰੀਆਂ ਤੋਂ, ਜ਼ਿੰਮੇਵਾਰੀਆਂ ਤੈਥੋਂ ਕੋਹਾਂ ਦੂਰ ਭੱਜਣਗੀਆਂ, ਨਾਲੇ ਕਦੇ ਨਾ ਕਦੇ ਤਾਂ ਪੁੱਤ ਤੈਨੂੰ ਸੰਭਾਲਣਾ ਹੀ ਪਊ। ਆ ਤੇਰੀ ਮਾਂ ਹੈ ਵਿਚਾਰੀ, ਉਹਨੇ ਭਾਈ ਬਥੇਰਾ ਟਾਈਮ ਕੱਢਿਆ, ਉਹਦਾ ਵੀ ਹੁਣ ਸੁੱਖ ਲੈਣ ਦਾ ਟਾਈਮ ਹੈ, ਆਹ ਉਹਦਾ ਵੀ ਭਾਰ ਹੌਲਾ ਕਰ, ਆਪ ਚੱਕ ਪੁੱਤ ਕਬੀਲਦਾਰੀ ਦਾ ਬੋਝ ਹੁਣ ਤੂੰ। ਉਹ ਤਾਂ ਮੰਮੀ ਜੀ ਤੁਹਾਡੀ ਗੱਲ ਠੀਕ ਆ, ਜ਼ਿੰਮੇਵਾਰੀਆਂ ਤਾਂ ਬਸ ਖੇਤ ਦੇ ਕੰਮ ਹੁੰਦੇ ਆ, ਉਹ ਮੈਂ ਕਰੀ ਜਾਂਦਾ ਹੈਗਾ ਨਿੱਕੇ ਮੋਟੇ, ਬਾਕੀ ਫੁੱਫੜ ਜੇ ਹੈਗੇ ਨੇ ਉਹ ਮੇਰੇ ਨਾਲ ਕਰਾਈ ਜਾਂਦੇ ਨੇ, ਅਤੇ ਰਹੀ ਗੱਲ ਕਬੀਲਦਾਰੀ ਦੀ, ਨਿੱਕਾ ਮੋਟਾ ਸੌਦਾ ਹੁੰਦਾ ਫੁੱਫੜ ਜੀ ਜਾ ਕੇ ਆਪ ਲਿਆਉਂਦੇ ਨੇ।
ਉਹ ਤਾਂ ਚੱਲ ਠੀਕ ਹੈ ਪੁੱਤ, ਫੁੱਫੜ ਜੀ ਵੀ ਵਿਚਾਰਾ ਤੇਰਾ ਕਿੰਨਾ ਕੁ ਚਿਰ ਉਰੇ ਰਹੂਗਾ, ਬਥੇਰਾ ਚਿਰ ਹੋ ਗਿਆ ਪੁੱਤ ਉਹਨਾਂ ਨੂੰ, ਬਥੇਰੇ ਤੁਹਾਡੇ ਨਾਲ ਦੁੱਖ ਸੁੱਖ ਕੱਟੇ ਨੇ, ਹੁਣ ਕਦੇ ਨਾ ਕਦੇ ਉਹ ਆਪਦੇ ਘਰ ਵੀ ਵਿਚਾਰੇ ਜਾਣਗੇ, ਉਹਨਾਂ ਦੀ ਵੀ ਕਬੀਲਦਾਰੀ ਹੈ ਅਤੇ ਜ਼ਿੰਮੇਵਾਰੀ। ਪੁੱਤਾਂ ਮੇਰੀ ਧੀ ਨੂੰ ਤੂੰ ਵਿਆਹ ਕੇ ਲਿਆ, ਇਹ ਵੀ ਤੇਰੀ ਜ਼ਿੰਮੇਵਾਰੀ ਬਣਦੀ ਹੈ, ਤੇਰੀ ਮਾਂ ਵੀ ਤੇਰੀ ਜ਼ਿੰਮੇਵਾਰੀ ਹੈ, ਇਹ ਤਾਂ ਪੁੱਤ ਤੈਨੂੰ ਆਪਦੇ ਆਪ ਹੀ ਸੰਭਾਲਣਾ ਪਊ। ਦੇਖ ਜੇ ਤੂੰ ਹੁਣ ਮਾੜਾ ਮੋਟਾ ਕਬੀਲਦਾਰੀ 'ਚ ਖੋਭੇਗਾ ਤਾਂ ਤੈਨੂੰ ਪਤਾ ਲੱਗੂਗਾ ਵੀ ਕੀ ਤੋਂ ਕਿੰਨਾ ਕੁਛ ਲੈਣਾ, ਕਿੰਨੇ ਦੇਣੇ ਨੇ, ਇਹੀ ਹਿਸਾਬ ਕਿਤਾਬ ਹੁੰਦਾ ਪੁੱਤ ਕਬੀਲਦਾਰੀ ਦਾ। ਮੰਮੀ ਜੀ ਅਸੀਂ ਕਿਹੜਾ ਕਿਸੇ ਦੇ ਦੇਣੇ ਕਰਨੇ ਨੇ, ਕੁਛ ਨਹੀਂ ਰੁਪਈਆ ਕਿਸੇ ਦੇਣਾ। ਬਾਕੀ ਗੱਲ ਰਹੀ ਕਾਮਲ ਦੀ, ਇਹਨੂੰ ਹਰ ਇੱਕ ਚੀਜ਼ ਮਿਲ ਜਾਂਦੀ ਹੈਗੀ, ਕਦੇ ਇਹਨੂੰ ਕਿਸੇ ਚੀਜ਼ ਤੋਂ ਜਵਾਬ ਨਹੀਂ ਦਿੱਤਾ। ਬਾਕੀ ਮੈਨੂੰ ਰੁਪਈਏ ਮਿਲ ਜਾਂਦੇ ਨੇ, ਭੂਆ ਜੀ ਵਰਗੇ ਹੈਗੇ ਨੇ, ਤਾਂ ਕਰਕੇ ਮੈਨੂੰ ਕਦੇ ਮੌਕੇ ਨਹੀਂ ਮਿਲਿਆ ਤਾਂ ਮੈਂ ਵੀ ਜਾ ਕੇ ਕਬੀਲਦਾਰੀਆਂ ਸਾਮਾਂ ਜਾਂ ਵਿੱਚ ਹਿੱਸੇ ਲਵਾਂ। ਉਹ ਤਾਂ ਤੇਰੀ ਗੱਲ ਮੈਂ ਮੰਨ ਲਈ ਪੁੱਤ, ਮੈਂ ਤੈਨੂੰ ਉਹੀ ਤਾਂ ਕਹੀ ਜਾਂਦੀ ਹਾਂ ਵੀ ਦੇਖ ਬਥੇਰਾ ਤੇਰੀ ਭੂਆ ਜੀ ਨੇ ਤੇਰਾ ਕਰਤਾ ਅਤੇ ਤੇਰੇ ਫੁੱਫੜ ਜੀ ਮੂਹਰੇ ਹੋ ਕੇ ਕਰਦਾ ਰਿਹਾ ਸਾਰਾ ਕੰਮ, ਅਤੇ ਹੁਣ ਉਹੀ ਗੱਲ ਆ ਜਾਂਦੀ ਆ ਪੁੱਤ, ਉਹਨਾਂ ਨੇ ਵੀ ਆਪਦਾ ਘਰ ਬਾਰ ਦੇਖਣਾ ਹੈ ਜਾ ਕੇ, ਕਦੇ ਨਾ ਕਦੇ ਤਾਂ ਉਹ ਜਾਣਗੇ ਵਿਚਾਰੇ ਆਪਦੇ ਘਰੇ। ਮੰਮੀ ਜੀ ਫਿਰ ਹੁਣ ਮੈਂ ਭੂਆ ਵਰਗੀ ਨੂੰ ਜੇ ਫੁੱਫੜ ਜੀ ਨੂੰ ਕਿਵੇਂ ਕਹਾਂ ਮੈਨੂੰ ਕਬੀਲਦਾਰੀ ਸੰਭਾਲੋ? ਚਲੋ ਕੋਈ ਨਾ, ਜਿੰਨਾ ਟਾਈਮ ਇੱਥੇ ਹੈਗੇ ਨੇ ਉਹਨਾਂ ਹੱਥਾਂ ਕਿ ਜਦੋਂ ਜਾਣਗੇ ਤਾਂ ਪਤਾ ਚੱਲ, ਅੱਜ ਨਹੀਂ 2 ਸਾਲ ਨੂੰ ਜਦੋਂ ਬਾਕੀ ਚੱਲ ਆਪੀ ਕਬੀਲਦਾਰੀ ਤਾਂ ਸਾਹਮਣੇ ਪਊ ਜੀ ਮੈਨੂੰ। ਐਂ ਆ ਪੁੱਤ, ਮੈਂ ਤੈਨੂੰ ਐਂ ਨਹੀਂ ਕਹਿੰਦੀ ਵੀ ਤੂੰ ਉਹਨਾਂ ਨੂੰ ਕਹਿ ਵੀ ਮੈਨੂੰ ਕਬੀਲਦਾਰੀ ਸੰਭਾਓ, ਤੂੰ ਤੇਰੇ ਫੁੱਫੜ ਜੀ ਦੇ ਨਾਲ ਜਾਇਆ ਕਰ, ਤੈਨੂੰ ਹਿਸਾਬ ਕਿਤਾਬ ਆਵੇ ਸਾਰਾ ਵੀ ਕਿਹਦਾ ਕਿੰਨਾ ਦੇਣਾ ਹੈ ਕਿੰਨਾ ਲੈਣਾ, ਬਸ ਆਹੀ ਕਬੀਲਦਾਰੀ ਹੁੰਦੀ ਹੈ, ਇੰਨੇ ਤੈਨੂੰ ਭੇਤ ਆ ਜੂਗਾ, ਆਪੀ ਸਾਂਭ ਲੇਗਾ ਫਿਰ। ਚਲੋ ਉਹ ਤਾਂ ਗੱਲ ਠੀਕ ਹੈ ਮੰਮੀ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਮਾੜਾ ਜਿਹਾ ਕੰਮ ਉਹਨੂੰ ਕਹਿ ਦਿਆ ਕਰੋ ਵੀ ਵੱਡਿਆਂ ਦੀ ਇੱਜ਼ਤ ਕਰਿਆ ਕਰੇ, ਤੇ ਭੂਆ ਜੀ ਨੂੰ ਤੇ ਮੰਮੀ ਨੂੰ ਥੋੜ੍ਹਾ ਜਿਹਾ ਵੱਧ ਬੋਲ ਜਾਂਦੀ ਹੈ। ਨਾ ਕਿਹਨੂੰ ਬੋਲਿਆ ਮੈਂ ਵੱਧ, ਉਈ ਬੋਲੀ ਜਾਂਦੇ ਹੋ, ਮੇਰੀ ਮਾਂ ਸਾਹਮਣੇ ਮੇਰੀਆਂ ਚੁਗਲੀਆਂ ਕਰਦੇ ਹੋ, ਮੈਂ ਕਿਹਨੂੰ ਬੋਲਿਆ? ਭੂਆ ਨੂੰ ਮਾਰ ਲੈ ਵਾ, ਚਾਹੇ ਤੇਰੀ ਮਾਂ ਨੂੰ ਮਾਰ ਲੈ, ਮੈਂ ਨਹੀਂ ਕਿਸੇ ਨੂੰ ਵੱਧ ਘੱਟ ਬੋਲਦੀ। ਟਿਕਦੇ ਨੀ ਗੁੜੇ ਨੂੰ, ਥੱਪੜ ਮਾਰੂ ਮੈਂ ਤੇਰੇ, ਕਿਵੇਂ ਵੱਧ ਚੜ ਕੇ ਬੋਲਦੀ ਹੈ ਨਾ, ਜਦੋਂ ਤੂੰ ਮੇਰੇ ਸਾਹਮਣੇ ਪ੍ਰਾਹੁਣੇ ਨੂੰ ਬੋਲੀ ਜਾਂਦੀ ਹੈ ਤੇ ਮਗਰੋਂ ਤਾਂ ਫਿਰ ਬੋਲਣਾ ਹੀ ਹੋਊਗਾ। ਨਾਲੇ ਵੱਡਿਆਂ ਦੀ ਇੱਜ਼ਤ ਕਰਨਾ ਸੰਸਕਾਰ ਹੁੰਦੇ ਨੇ ਪੁੱਤੇ, ਮਾਂ ਪਿਓ ਦੇ ਦਿੱਤੇ ਹੋਏ, ਸਮਝੀ ਨਹੀਂ ਹੁੰਦੀ ਆ ਗੱਲ? ਮਾਂ ਮੈਂ ਚੰਗੀ ਤਰ੍ਹਾਂ ਸੰਸਕਾਰ ਤੇਰੇ ਸਾਰੇ ਜਾਣਦੀ ਹਾਂ, ਮੈਂ ਸਾਰਿਆਂ ਦੀ ਇੱਜ਼ਤ ਓਨੀ ਹੀ ਕਰਦੀ ਹਾਂ, ਇਹਨਾਂ ਨੂੰ ਹੀ ਲੱਗਦਾ ਵੀ ਮੈਂ ਸਾਰਿਆਂ ਦੇ ਮੂਹਰੇ ਬੋਲਦੀ ਹਾਂ। ਨਾ ਮੇਰੀ ਗੱਲ ਸੁਣ, ਜੇ ਇਹਨੇ ਦੇਖਿਆ ਹੋਊਗਾ ਵੀ ਤੂੰ ਵੱਧ ਬੋਲਦੀ ਹੈ ਤਾਂ ਹੀ ਕਹਿੰਦਾ, ਉਈ ਤਾਂ ਨਹੀਂ ਕਹਿੰਦਾ ਹੈਗਾ। ਇਹਨਾਂ ਨੂੰ ਤਾਂ ਮੈਂ ਹੀ ਮਾੜੀ ਲੱਗਦੀ ਹਾਂ। ਚੁੱਪ ਕਰ ਲਿਆ ਕਰ ਨਾਲੇ, ਤੈਨੂੰ ਮੈਂ ਆਖਿਆ ਵੀ ਬਾਹਲਾ ਨਹੀਂ ਬੋਲਿਆ ਕਰਦੀ। ਕੋਈ ਨਾ ਪੁੱਤ, ਇਹਨੂੰ ਤਾਂ ਮੈਂ ਬਥੇਰਾ ਝਿੜਕਦੀ ਹਾਂ, ਬਥੇਰਾ ਸਮਝਾਉਂਦੀ ਹੈਗੀ, ਤੂੰ ਸਿਆਣਾ ਬਣ ਮੇਰਾ ਪੁੱਤ, ਹੁਣ ਤੂੰ ਆਪਦਾ ਸਾਰਾ ਘਰ ਬਾਰ ਆਪ ਸਾਂਭ। ਕੋਈ ਨਾ ਮੰਮੀ ਜੀ, ਬਸ ਮੈਂ ਤਾਂ ਇਹੀ ਕਹਿੰਦਾ ਸੀ, ਮਾੜਾ ਕਾਮਲ ਨੂੰ ਕਹਿ ਦਿਓ ਵੀ ਜੋ ਵੀ ਕੁਛ ਹੁੰਦਾ ਮੈਨੂੰ ਕਹਿ ਦਿਓ, ਕਰੋ ਮੈਂ ਹਰ ਇੱਕ ਚੀਜ਼ ਲਿਆ ਦਿੰਦਾ ਦੇ ਵਾਸਤੇ, ਪਰ ਵੀ ਇਹ ਭੂਆ ਵਰਗੇ ਉਹਨੂੰ ਐਂ ਕਹਿ ਕਰੇ ਵੀ ਕਬੀਲਦਾਰੀ ਉਹਦੇ ਕੋਲ, ਕਿਉਂਕਿ ਭੂਆ ਦਾ ਤੈਨੂੰ ਪਤਾ ਮੰਮੀ ਫਿਰ ਦਿਲ ਦੁਖਦਾ ਗਾ, ਉਹਨਾਂ ਨੇ ਬਹੁਤ ਕੁਛ ਕੀਤਾ ਸਾਡੇ ਲਈ। ਉਹ ਤਾਂ ਹੈ ਪੁੱਤ, ਤਾਂ ਹੀ ਤਾਂ ਤੇਰੇ ਸਾਹਮਣੇ ਕਹਿਤਾ, ਦੇਖ ਮੈਂ ਨਹੀਂ ਪੁੱਤ ਇਹਨੂੰ ਜ਼ਿਆਦਾ ਲਾਡ ਜਾ ਲੜਾਉਂਦੀ, ਮੈਨੂੰ ਪਤਾ ਵੀ ਵਸਣਾ ਇਹਨੇ ਉਰੇ ਹੈਗਾ, ਜਿਹੇ ਜੇ ਮੈਂ ਸੰਸਕਾਰ ਦਿੱਤੇ ਨੇ ਉਹੋ ਜਿਹੇ ਉਰੇ ਵਰਤੂਗੀ, ਜੇ ਉਰੇ ਬਾਲਾ ਬੋਲੂਗੀ ਫਿਰ ਤਾਂ ਬਾਤਾਂ ਮੈਨੂੰ ਇਹ ਲੱਗੂ ਇਹਦੀ ਮਾਂ ਨੇ ਕੀ ਸਿਖਾਇਆ। ਮੈਂ ਇਹਨੂੰ ਕਿੰਨੇ ਵਾਰੀ ਕਿਹਾ ਵੀ ਅਸੀਂ ਕਿਹੜਾ 2 ਭਾਈ ਹੈਗੇ, ਇਕੱਲਾ ਜਾਣਾ ਮੈਂ, ਆਪਣੇ ਕੋਲ ਹੀ ਸਾਰਾ ਕੁਛ ਰਹਿਣਾ ਹੈਗਾ, ਅੱਜ ਨਹੀਂ ਤਾਂ 10 ਸਾਲਾਂ ਨੂੰ 5 ਸਾਲਾਂ ਨੂੰ ਸਾਰਾ ਕੁਛ ਆਪਣੀ ਹੈਗਾ, ਕੀ ਕੌਣ ਚੱਕ ਕੇ ਲੈ ਜੋ ਇੱਥੇ ਦੱਸ। ਲੈ ਉਹ ਤਾਂ ਮੈਂ ਮੰਨਦੀ ਹਾਂ ਪੁੱਤ ਵੀ ਸਭ ਕੁਛ ਤੇਰਾ ਹੀ ਹੈ, ਉਹ ਵੀ ਤੇਰੇ ਖਾਤਰ ਹੀ ਫਿਰਦੇ ਨੇ, ਪਰ ਫਿਰ ਵੀ ਹਿਸਾਬ ਕਿਤਾਬ ਤਾਂ ਤੈਨੂੰ ਮਾੜਾ ਮੋਟਾ ਜਿਹਾ ਸੰਭਾਲਣਾ ਚਾਹੀਦਾ। ਕੋਈ ਗੱਲ ਨਹੀਂ ਪੁੱਤ, ਮੇਰੀ ਗੱਲ ਦਾ ਗੁੱਸਾ ਵੀ ਨਾ ਕਰੀ, ਆ ਤੇਰੇ ਸਾਹਮਣੇ ਝਿੜਕਦੀ, ਦੇਖ ਮੇਰੀ ਧੀ ਨੂੰ ਤਾਂ ਮੈਂ ਬਥੇਰਾ ਝਿੜਕ ਕੇ ਰੱਖਦੀ ਹਾਂ। ਗੁੱਸਾ ਤਾਂ ਖੈਰ ਕਿਹੜੀ ਗੱਲ ਦਾ ਕਰਨਾ ਮੈਂ, ਬਸ ਜਿਵੇਂ ਚੱਲੀ ਆਉਂਦਾ ਸੀ ਬਸ ਉਵੇਂ ਤੁਰੇ ਆਉਂਦੇ ਸੀ, ਕਦੇ ਪੁੱਛੀ ਨਹੀਂ ਸੀਗਾ। ਚੱਲ ਕੋਈ ਗੱਲ ਨਹੀਂ ਜੀ, ਮੈਂ ਚੱਲ ਮੈਂ ਜਾਂਦਾ ਮਾੜਾ ਕੰਮ ਜਾ ਕੇ ਆਉਂਦਾ ਸੀ, ਕਿਆ ਚੰਗਾ ਜੀ। ਚੱਲ ਕੋਈ ਨਾ ਪੁੱਤ, ਤੂੰ ਮੇਰੀ ਗੱਲ 'ਤੇ ਗੌਰ ਕਰੀ, ਚੰਗਾ ਪੁੱਤ? ਕੋਈ ਨਾ ਮੰਮੀ ਜੀ। ਵਾਹ ਨੀ ਮਾਂ, ਮੈਂ ਤਾਂ ਤੈਨੂੰ ਤਾਂ ਬੁਲਾਇਆ ਸੀ ਵੀ ਤੂੰ ਇਹਨਾਂ ਨੂੰ ਸਮਝਾ ਕੇ ਜਾਏ, ਤੂੰ ਤਾਂ ਮੈਨੂੰ ਹੀ ਝਿੜਕਣ ਲੱਗ ਗਈ, ਮੇਰੀ ਗੱਲ ਪਈ ਜਾਨੀ ਹੈ।
ਹੈ ਦੇਖ ਲੈ ਕਮਲੀ ਜੀ, ਮਾੜੀ ਮੋਟੀ ਗੱਲ ਵੀ ਸਮਝੀ ਨਹੀਂ ਹੁੰਦੀ ਹੈ। ਜੇ ਹੁਣ ਪ੍ਰਾਹੁਣੇ ਦੇ ਸਾਹਮਣੇ ਤੈਨੂੰ ਮੈਂ ਨਾ ਝਿੜਕਦੀ ਤਾਂ ਇਹਦੇ ਮਨ 'ਚ ਐਂ ਜਾਂਦਾ ਵੀ ਮੇਰੀ ਸੱਸ ਇਹਨੂੰ ਸਿਖਾਉਂਦੀ ਹੈ, ਕਮਲੀਏ ਬਾਜੀ ਐਂ ਮਾਰੀ ਦੀ ਹੁੰਦੀ ਹੈ, ਹੁਣ ਮੈਂ ਮਾੜਾ ਜਿਹਾ ਤੈਨੂੰ ਝਿੜਕ ਕੇ ਜਿੱਤ ਲਿਆ ਨਾ ਮੇਰੇ ਜਮਾਈ ਦਾ ਦਿਲ। ਹਾਂ ਮਾਂ, ਇਹ ਤਾਂ ਗੱਲ ਮੈਂ ਸੋਚੀ ਨਹੀਂ, ਪਰ ਮਾਂ ਮੈਨੂੰ ਨਹੀਂ ਲੱਗਦਾ ਇਹਦੇ ਉੱਤੇ ਤੇਰੀਆਂ ਮਾੜੀਆਂ ਵੀ ਗੱਲਾਂ ਦਾ ਅਸਰ ਹੋਇਆ ਹੋਊਗਾ। ਨਹੀਂ ਕੋਈ ਨਾ ਪੁੱਤ, ਕੋਈ ਨਾ, ਸਾਰਾ ਹੀ ਅਸਰ ਹੋਊਗਾ। ਮਾੜਾ ਜਿਹਾ ਕੀ, ਤੂੰ ਤੇਲ ਦੇਖ, ਤੇਲ ਦੀ ਧਾਰ ਦੇਖ। ਜੇ ਮੈਂ ਨਾ ਸਾਰੀ ਗੱਲ ਦੇ ਵਿੱਚ ਲਿਆ ਕੇ ਛੱਡਿਆ ਨਾ ਕਬੀਲਦਾਰੀ ਦੇ, ਮੈਨੂੰ ਵੀ ਰਾਣੀ ਕਿਹਨੇ ਕਹਿਣਾ ਹੈ। ਉਹਦਾ ਚੱਲ ਮਾਂ ਠੀਕ ਹੈ, ਪਰ ਇਹ ਨਾ ਇਹੋ ਜਿਹਾ ਬੰਦਾ ਹੈ ਨਾ, ਨਾ ਤਾਂ ਇਹਨੇ ਆਪਦੀ ਜਨਾਨੀ ਦੀ ਕਦੇ ਸੁਣਨੀ ਹੈ। ਸੁਣਨੀ ਤਾਂ ਬਹੁਤ ਦੂਰ ਹੈ, ਆਪਦੀ ਮਾਂ ਮਗਰ ਲੱਗੂ ਜਾਂ ਆਪਦੀ ਭੂਆ ਮਗਰ ਲੱਗੂਗਾ, ਮੇਰੀ ਤਾਂ 1% ਗੱਲ ਨਹੀਂ ਸੁਣਦਾ। ਓਹੋ ਨਹੀਂ, ਮੈਂ ਤੈਨੂੰ ਆਖੀ ਜਾਂਦੀ ਹਾਂ ਵੀ ਤੂੰ ਮਾੜਾ ਜਿਹਾ ਜਰਾਂਦ ਰੱਖ, ਤੱਤੇ ਖਾਣ ਨਾਲ ਮੂੰਹ ਮੱਚ ਜਾਂਦਾ, ਠੰਡਾ ਕਰਕੇ ਖਾਈਦਾ ਹੁੰਦਾ। ਨਾ ਇਹ ਤੂੰ ਜਾਣਦੀ ਨਹੀਂ, ਮੈਂ ਤਾਂ ਹੁਣ ਤੱਕ ਆਪਣੇ ਘਰ ਦੀ ਕਬੀਲਦਾਰੀ ਨਹੀਂ ਛੱਡੀ, ਅਤੇ ਇਹਨੂੰ ਤਾਂ ਕਬੀਲਦਾਰੀ ਫੜਵਾਉਣੀ ਇਹਨਾਂ ਤਾਂ ਸੌਖੀ ਉਹ ਹੈ। ਗੱਲ ਤਾਂ ਤੇਰੀ ਠੀਕ ਹੈ ਮਾਂ, ਮੈਂ ਵੀ ਬਸ ਇਹੀ ਚਾਹੁੰਦੀ ਹਾਂ, ਇੱਕ ਤਾਂ ਭੂ ਆਪਦੇ ਘਰ ਜਾਵੇ ਅਤੇ ਆ ਸਾਰੇ ਘਰ 'ਤੇ ਮੇਰਾ ਰਾਜ ਹੋਵੇ। ਕੋਈ ਨਾ ਪੁੱਤ, ਤੇਰੇ ਹੀ ਰਾਜ ਹੋਊਗਾ। ਲੈ ਫਿਰ ਮੈਂ ਹੁਣ ਜਾਣਾ ਹੈਗਾ। ਲੈ ਕਿਉਂ ਜਾਣਾ ਮਾਂ, ਕਿਤੇ ਨਹੀਂ ਜਾਣਾ, ਤੂੰ ਇੱਥੇ ਹੀ ਰਹਿ। ਨਹੀਂ ਨਹੀਂ, ਤੈਨੂੰ ਪਤਾ ਹੀ ਹੈ ਫਿਰ ਮਗਰੋਂ ਉਹ ਚੀਕਣਗੀਆਂ। ਕੋਈ ਨਾ, ਚੀਕੀ ਜਾਣ ਦੇ, 3 ਮਹੀਨਿਆਂ ਬਾਅਦ ਆਈ ਹੈ ਤੂੰ, ਹੁਣ 1 ਰਾਤ ਤਾਂ ਰੁਕ ਹੀ ਸਕਦੀ ਹੈ ਮੇਰੇ ਕੋਲੇ। ਕੋਈ ਨਹੀਂ ਨਹੀਂ ਨਹੀਂ, ਨਾਲੇ ਤੇਰਾ ਪਿਓ ਤੜਫੂਗਾ। ਮੈਂ ਤਾਂ ਤੇਰੇ ਪਿਓ ਨੂੰ ਐਂ ਨਹੀਂ ਦੱਸਿਆ ਸੀ ਮੈਂ ਕਮਲ ਕੋਲੇ ਜਾਣਾ, ਮੈਂ ਤਾਂ ਉਹਨੂੰ ਕਹਿ ਕੇ ਆਈ ਸੀ ਵੀ ਸ਼ਹਿਰ ਜਾ ਕੇ ਆਉਂਦੇ ਹਾਂ। ਅਤੇ ਫਿਰ ਬਾਪੂ ਨੂੰ ਕੌਣ ਦੱਸਦਾ? ਮੇਰੇ ਨਾਲ ਤਾਂ ਬਾਪੂ ਦੀ ਗੱਲ ਹੁੰਦੀ ਨਹੀਂ, ਬਾਪੂ ਨੂੰ ਕੋਈ ਨਹੀਂ ਦੱਸਦਾ। ਕੋਈ ਨਾ, ਤੂੰ ਅੱਜ ਦੀ ਰਾਤ ਇੱਥੇ ਰੁਕ ਜਾ। ਲੈ ਫਿਰ ਉਹਨੂੰ ਮੈਂ ਕੀ ਆਖੂੰਗੀ ਵੀ ਰਾਤ ਰਹੀ ਸੀ, ਕੀ ਕਮਲ ਕੋਲ ਗਈ ਸੀ, ਕਿੱਥੇ ਗਈ ਸੀ, ਮੈਨੂੰ ਪੁੱਛ। ਐਂ ਕਹਿ ਦੀ ਅੱਗੇ ਮਾਸੀ ਕੋਲ ਵੱਗ ਗਈ ਸੀ। ਕੋਈ ਨਹੀਂ 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 ਪੁੱਤ, ਹੁਣ ਤਾਂ ਮੈਨੂੰ ਜਾਣਾ ਪਊਗਾ, ਮੈਂ ਫੇਰ ਲਾ ਜਾਊਂਗੀ ਰਾਤ। ਤੂੰ ਦੇਖ ਲਈ, ਤੈਨੂੰ ਭੂਆ ਹੋਰੀ ਵੀ ਰੋਕਣਗੀਆਂ, ਕਹਿਣਗੇ ਕਿਤੇ ਨਹੀਂ ਜਾਣਾ ਭੈਣ ਜੀ, ਕਿਉਂਕਿ ਇਸ ਟਾਈਮ ਬੱਸਾਂ ਦਾ ਵੀ ਟਾਈਮ ਨਹੀਂ ਹੁੰਦਾ। ਨਹੀਂ ਨਹੀਂ ਪੁੱਤ, ਕੋਈ ਗੱਲ ਨਹੀਂ, ਮੈਨੂੰ ਪਤਾ ਕਰਕੇ ਦੱਸੋ ਬੱਸ ਦਾ, ਜਾਊਂਗੀ ਤਾਂ ਮੈਂ ਹੈਗੀ। ਆ ਫੇਰ ਆ ਜਾਊਂ 5-10 ਦਿਨਾਂ 'ਤੇ, ਉਦੋਂ ਲਾ ਜਾਊਂ ਤੇਰੇ ਕੋਲ ਰਾਤ। ਆਉਂਦੀ ਰਿਹਾ ਕਰ ਮਾਂ, ਤੈਨੂੰ ਨਹੀਂ ਪਤਾ, ਤੂੰ ਮੈਨੂੰ ਮਾੜਾ ਮੋਟਾ ਦੱਸ ਜਾਂਦੀ ਹੈ ਨਾ, ਫਿਰ ਮੈਂ ਇਹਨਾਂ ਦੇ ਚੱਲ ਮਾੜਾ ਮੋਟਾ ਇਹਨਾਂ ਨੂੰ ਸਿੱਧਾ ਕਰ ਦਿੰਦੀ ਹਾਂ, ਨਹੀਂ ਤਾਂ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਇੱਥੇ। ਚੱਲ ਚੰਗਾ, ਤੂੰ ਬੱਸ ਦਾ ਕਰ ਪਤਾ, ਤੇਰੇ ਭੂਆ ਨੂੰ ਪੁੱਛ ਕੇ। ਚੱਲ ਕੋਈ ਨਹੀਂ, ਕਰਦੀ ਹਾਂ ਮੈਂ, ਭੂਆ ਦੇਖਦੀ ਹਾਂ ਬਾਹਰ। ਬੇ ਮੈਂ ਤੈਨੂੰ ਐਂ ਕਹਿੰਦੀ ਹਾਂ, ਆਹ ਮਾੜਾ ਮੋਟਾ ਤੂੰ ਹੀ ਮੁੰਡੇ ਨੂੰ ਕਹਿ ਦੇ, ਮੇਰੀ ਆਖੀ ਗੱਲ ਤਾਂ ਇਹਨਾਂ ਦੇ ਚੁੱਭ ਜਾਂਦੀ ਹੈ, ਮੈਥੋਂ ਤਾਂ ਕੁਛ ਨਹੀਂ ਕਹਾਉਂਦੇ ਹੈਗੇ। ਉਹ ਕੁੜੀ ਜੀ ਨੂੰ ਲਿਆਂਦੀ ਨੂੰ ਹੁਣ 15 ਦਿਨ ਹੋ ਗਏ, ਚੰਗੀ ਭੱਲੀ ਰਾਜੀ ਹੈ ਬਰਾਜੀ ਹੈ, ਹੁਣ ਉਹਨੂੰ ਛੱਡਿਆ ਹੁਣ, ਕੋਈ ਪੜ੍ਹਦੀ ਹੋਊ 2 ਅੱਖਰ, ਉਹਦੀ ਪੜ੍ਹਾਈ ਵੀ ਖਰਾਬ ਹੁੰਦੀ ਹੋਊ। ਓਏ ਉਹਨਾਂ ਦਾ ਭੂਆ ਭਤੀਜੀ ਦਾ ਜੀ ਲੱਗਿਆ, ਵਧੀਆ ਟਾਈਮ ਪਾਸ ਹੋਈ ਜਾਂਦਾ ਜਵਾਖੜੀ ਨਾਲ, ਚੱਲ ਉਹਦਾ ਬਹੂ ਦਾ, ਤੇਰੇ ਦੱਸ ਕੀ ਦੰਦੀਆਂ ਵੱਢਦੀ ਆ ਕੁੜੀ, ਫਿਰਦੀ ਰਹਿਣ ਦੇ। ਅੱਛਾ ਭੂਆ ਭਤੀਜੀ ਦਾ ਜੀ ਲੱਗਿਆ, ਫਿਰ ਸਾਰੇ ਪੇਕਿਆਂ ਨੂੰ ਹੀ ਢੋਹ ਲਏ ਇੱਥੇ ਜੀ ਲਵਾਉਣ ਵਾਸਤੇ। ਉਹਦਾ ਹੱਕ ਨਹੀਂ ਬਣਦਾ ਕੁੜੀ ਨੂੰ ਛੱਡ ਕੇ ਆਵੇ ਇੱਥੇ ਮੇਰੇ ਕੋਲੇ ਬੈਠੇ ਮੰਜੇ 'ਤੇ, ਕੋਈ ਮਾਂ ਬੀਬੀ ਕਹੇ, ਕੋਈ ਗੱਲ ਗੁਰਬਤ ਕਰੇ, ਮੋਹ ਪਿਆਰ ਨਾਲ ਬੋਲੇ, ਆਪੀ ਨਾ ਜੀ ਲੱਗੇ। ਅੱਛਾ ਪੇਕਿਆਂ ਤੋਂ ਲਿਆ ਲਿਆ ਕੇ ਉਹ ਜੀ ਲਾਊਗੀ ਇੱਥੇ, ਹੈਂ। ਉਹ ਕੀ ਗੱਲ ਹੈ, ਫਿਰ ਕੀ ਹੁੰਦਾ ਜੇ ਜਵਾਖੜੀ ਆ ਗਈ 4 ਦਿਨ ਤਾਂ ਇੱਥੋਂ ਨਾ 2 ਰੋਟੀਆਂ ਉਹਦੀਆਂ ਜਰੀਆਂ ਨਹੀਂ ਜਾਂਦੀਆਂ। ਬੇ ਗੱਲ 2 ਰੋਟੀਆਂ ਦੀ ਨਹੀਂ ਹੈਗੀ, ਦਿਨੋਂ ਦਿਨ ਉਹ ਵੱਡੀ ਹੁੰਦੀ ਜਾਂਦੀ ਹੈ, ਉਹਨੂੰ ਇੱਥੇ ਦੱਦ ਲਾ ਲੂਗੀ, ਛੱਡ ਕੇ ਨਹੀਂ ਆਉਣੀ ਹੈਗੀ, ਇੱਥੇ ਰੋਡੀ ਲੱਗ ਜੂਗੀ। ਉਹੀ ਗੱਲ ਮਟਿਆਰ ਹੋ ਰਹੀ ਹੈ, ਨਾ ਜਾਣੀਏ ਕੋਈ ਗੱਲਬਾਤ ਐਸੀ ਵੈਸੀ ਹੋ ਜੇ, ਕੋਈ ਲਾਂਭਾ ਆ ਜੇ, ਮਰਨ ਨੂੰ ਥਾਂ ਹੋ ਜੂਗਾ ਸਿਆਪਾ ਜਾਣ ਨੂੰ। ਹਾਂ ਚੁੱਪ ਕਰ, ਮੈਂ ਕਰਮੇ ਨੂੰ ਕਹਿਣਾ ਆਵਾਜ਼ ਮਾਰ ਕੇ, ਉਹ ਕਰਮੇ ਉਹ ਰਿਹਾ ਸੀਰਾ ਮੇਰੀ ਗੱਲ ਸੁਣ ਭਾਈ। ਕਹੀ ਦੇ ਜੇ ਸੁਣੂਗਾ ਤਾਂ, ਮੇਰੀ ਤਾਂ ਸੁਣਦੇ ਨਹੀਂ। ਹਨ ਹਾਂ ਬਾਪੂ। ਉਹ ਛੇਰਾ ਕਿਉਂ ਕਿਚ ਕਿਚ ਕਰਾਈ ਹੈ ਬਿਨਾਂ ਗੱਲ ਤੋਂ? ਉਹ ਭਾਈ ਕਰ, ਚੱਲ ਉਹ ਕੁੜੀ ਆਈ ਸੀ ਵਧੀਆ ਠੀਕ ਠਾਕ ਹੈ, ਉਹਨੂੰ ਛੱਡਿਆ ਕਿਸੇ ਵੇਲੇ ਜਾ ਕੇ? ਉਹ ਬਾਪੂ ਮੈਂ ਤਾਂ ਆਪ ਕਹਿਣਾ ਵੀ ਉਹਨੂੰ ਛੱਡਿਆ ਵਾਂ, ਨਹੀਂ ਇੱਥੇ ਬੀਬੀ ਨੂੰ ਦੇਖ ਕੇ ਅਤੇ ਹਰਪ੍ਰੀਤ ਨੂੰ ਦੇਖ ਕੇ
ਉਹ ਆਪਦੀ ਸੱਸ ਦੀ ਗੁੱਤ ਨੂੰ ਜਾ ਕੇ ਬਟਾ ਦੇਊਗੀ, ਹੁਣ ਕੁੜੀ ਨਿਆਣੀ ਨਹੀਂ ਹੈਗੀ ਉਹ। ਨਾਲੇ ਮੇਰੀ ਗੱਲ ਸੁਣ, ਜਦੋਂ ਵੀ ਅਸੀਂ ਉਹਨੂੰ ਜਾਣ ਦੀ ਗੱਲ ਕਰਦੇ ਹਾਂ ਉਹ ਅੱਖਾਂ ਭਰ ਆਉਂਦੀ ਆ, ਓਏ ਉਹਦਾ ਬਾਪੂ ਇਹਦੇ ਬਿਨਾਂ ਜੀ ਨਹੀਂ ਲੱਗਦਾ, ਇੱਥੇ ਜੀ ਲਾਈ ਬੈਠੀ ਆ ਉਹ ਜਿਹੜੀ ਗੱਲ ਹੈ। ਅੱਛਾ, ਜੀ ਲਾਈ ਬੈਠੀ ਹੈ ਭੂਆ ਨਾਲ ਹੈ? ਫਿਰ ਜਦੋਂ ਪਹਿਲਾਂ ਕਿਤੇ ਹੋਰ ਭੂਆ ਵਿਆਹੀ ਹੋਈ ਸੀ ਉਦੋਂ ਵੀ ਉੱਥੇ ਰਹਿੰਦੀ ਸੀ ਉਹ, ਉਦੋਂ ਉਹਦਾ ਜੀ ਕਿਵੇਂ ਲੱਗਦਾ ਸੀ? ਲੱਛਣ ਨਾ ਕਰਿਆ ਕਰੋ, ਮੇਰੇ ਮੂਹਰੇ ਚਮਰੀਕੀਆਂ ਕਰਦੇ ਨੇਗੇ। ਬੀਬੀ ਇਹਦੇ 'ਚ ਲੱਛਣ ਵਾਲੀ ਕਿਹੜੀ ਗੱਲ ਆ, ਜੇ ਜਵਾਖੜੀ ਦਾ ਜੀ ਲੱਗਿਆ ਤਾਂ ਇੱਥੋਂ ਦੱਸ ਗਈ ਉਹ ਮੰਗਦੀ ਹੈਗੀ। ਗੱਲ ਮੰਗਦੀ ਵਾਲੀ ਨਹੀਂ ਹੈਗੀ ਕਰਮਿਆ, ਮਾੜਾ ਮੋਟਾ ਅਕਲ ਨੂੰ ਹੱਥ ਮਾਰ ਵੀਰ, ਦਿਨੋਂ ਦਿਨ ਕੁੜੀ ਮੁਟਿਆਰ ਹੁੰਦੀ ਹੈਗੀ, ਉਹਨੂੰ ਆਪਦੇ ਘਰੇ ਛੱਡ ਕੇ ਆ, ਪੜ੍ਹਦੀ ਵੀ ਹੋਊ ਉਹ ਦੋ ਅੱਖਰ ਕੋਈ ਕਿ ਐਂ ਫਿਰਦੀ ਆ ਉਹ ਐਡੀ ਸਾਰੀ? ਉਹ ਕੋਈ ਗੱਲ ਤਾਂ ਕਰਮਿਆ ਤੇਰੀ ਮਾਂ ਸਹੀ ਕਹਿੰਦੀ ਆ ਭਾਈ, ਹਾਂ ਜਵਾਖੜੀ ਦੀ ਪੜ੍ਹਾਈ ਖਰਾਬ ਹੁੰਦੀ ਹੋਊਗੀ, ਇਹ ਤਾਂ ਗੱਲ ਭਾਈ ਠੀਕ ਹੈ, ਉਹ ਤਾਂ ਹੱਕ ਬਣਦਾ ਕਰਮਿਆ ਜਾਣ ਦਾ। ਫਿਰ ਉਹ ਬਾਪੂ ਉਹਨੂੰ ਛੱਡ ਆਵਾਂਗੇ ਟਾਈਮ ਜਿਹਾ ਦੇ ਕੇ, ਮੈਨੂੰ ਐਂ ਵੀ ਚੱਲ ਜੇ 5-4 ਦਿਨ ਹੋਰ ਰਹਿੰਦੀ ਆ ਰਹਿ ਲੈਣ ਦੇ। ਮੈਂ ਹਰਪ੍ਰੀਤ ਨੂੰ ਵੀ ਕਿਹਾ ਸੀਗਾ, ਉਹ ਕਹਿੰਦੀ ਕੋਈ ਨਾ ਆਪਾਂ ਥੋੜ੍ਹੇ ਦਿਨਾਂ ਤੱਕ ਛੱਡ ਆਵਾਂਗੇ ਇਹਨੂੰ। ਕੋਈ ਨਾ ਛੱਡਿਆ ਵੀਰ, ਐਂ ਨਾ ਆਖੋ ਵੀ ਮਾਂ ਤੋਂ ਦੋ ਰੋਟੀਆਂ ਨਹੀਂ ਜਰੀਆਂ ਜਾਂਦੀਆਂ। ਮੈਂ ਰੋਟੀਆਂ ਖਾਤਰ ਨਹੀਂ ਕਹਿੰਦੀ, ਮੈਂ ਬਹੁਤ ਲੰਬੀ ਸੋਚਦੀ ਹਾਂ, ਪਰ ਤੁਸੀਂ ਇਹ ਨਹੀਂ ਸੋਚਦੇ ਹੈਗੇ ਪਿਓ ਪੁੱਤ, ਮੈਂ ਤੈਨੂੰ ਦੱਸਾਂ ਗੱਲ। ਉਹ ਬੀਬੀ ਇਹ ਸਾਰਾ ਕੁਝ ਸੋਚੀ ਜਾਂਦੇ ਹਾਂ, ਸਾਨੂੰ ਸਾਰੀ ਗੱਲ ਦਾ ਪਤਾ ਗਾ ਵੀ ਸਾਡੇ ਘਰ ਦੀ ਕਬੀਲਦਾਰੀ ਕੀ ਹੈ ਅਤੇ ਕਿੱਧਰ ਨੂੰ ਇਹ ਚੱਲੀ ਹੈ। ਆਹ ਤੁਹਾਡੇ ਕਲੇਸ਼ ਕਰਕੇ ਨਾ ਆਪਣਾ ਘਰ ਮੇਰੇ ਹਿਸਾਬ ਨਾਲ ਅੱਗੇ ਵਾਧਾ ਦਿੰਦਾ ਨਹੀਂ ਹੈਗਾ ਮੈਨੂੰ। ਉਹ ਕਬੀਲਦਾਰੀ ਨੂੰ ਤਾਂ ਕਿਹੜਾ ਜਵਾਖੜੀ ਰੁਪਈਏ ਖਾਂਦੀ ਹੈ ਵੀ ਆਪਾਂ ਨੂੰ ਮਹਿੰਗੀ ਵਾਲੀ ਪੈਂਦੀ ਹੈ ਉਹ। ਗੱਲ ਤਾਂ ਐਂ ਆ ਭਾਈ, ਚੱਲ ਜਵਾਕ ਆਪਦੇ ਘਰ ਬਾਰ 'ਚ ਹੀ ਠੀਕ ਰਹਿੰਦਾ, ਕਰਮਿਆ ਗੱਲ ਸਹੀ ਹੈ ਇਹ। ਉਹ ਨਹੀਂ ਬਾਪੂ, ਆ ਬੀਬੀ ਨਾ ਬਾਹਲੀ ਸੂਮ ਨਹੀਂ ਰਹੀ ਆ, ਇਹਦਾ 5-5 ਰੁਪਈਏ ਵੀ ਜਵਾਖੜੀ ਦੇ ਗਿਣਦੀ ਆ। ਉਹ ਫਿਰ ਕੀ ਹੁੰਦਾ, ਹੁਣ ਜਵਾਕ ਜੱਲੇ ਤਾਂ ਖਾਂਦੇ ਹੀ ਹੁੰਦੇ ਨੇ। ਬੇ ਗੱਲ 5-5 ਰੁਪਈਆਂ ਦੀ ਨਹੀਂ ਵੀਰ, ਇੱਥੇ ਜਦੋਂ ਰਹਿਣ ਲੱਗ ਗਈ ਨਾ ਬਲਾਈ ਵੱਡਾ ਭਰਿਆੜ ਖੁੱਲ ਜੂਗਾ, ਤਾਂ ਉਹਦੇ ਵਿਆਹ 'ਤੇ ਵੀ ਲਾਉਣੇ ਪੈਣਗੇ ਵੀ ਭੂਆ ਕੋਲੇ ਰਹੀ ਸੀ, ਲਾਓ ਕੁਛ ਲਾ ਦੇਗਾ ਫਿਰ ਪੈਸੇ। ਫਿਰ ਕੋਈ ਨਾ, ਉਹੋ ਜਿਹਾ ਟਾਈਮ ਉਹੋ ਜਿਹਾ ਵਿਚਾਰਾਂਗੇ ਫਿਰ। ਹੁਣ ਦੱਸ ਕੀ ਐ, ਹੁਣ ਅੱਜ ਹੀ ਤਾਂ ਨਹੀਂ ਉਹਨੂੰ ਵਿਆਹੁਣ ਲੱਗੇ, ਜਦੋਂ ਵਿਆਹੁਣਗੇ ਦੇਖੀ ਜਾਊ। ਉਹ ਕਿਉਂ ਕਹੋ ਨਾ ਮੈਥੋਂ, ਇਹ ਤਾਂ ਬਹੂ ਨੂੰ ਨਹੀਂ ਜਰਦੀ, ਕੁੜੀ ਨੂੰ ਕਿੱਥੋਂ ਜਰੂ? ਕਵਲੀਆਂ ਗੱਲਾਂ ਤੂੰ ਕਰਦਾ, ਜਿਹੜੀ ਗੱਲ ਤੈਨੂੰ ਕਹਿੰਦੀ ਖਾਨੇ 'ਚ ਕਿਉਂ ਨਹੀਂ ਬਹਿੰਦੀ ਤੇਰੇ? ਉਹ ਬਾਪੂ ਮੇਰੇ ਤਾਂ ਖਾਨੇ 'ਚ ਬਹਿੰਦੀ ਹੈ, ਜੇ ਉਹ 10 ਦਿਨ ਹੋਰ ਲਾ ਜੂ ਫਿਰ ਬੀਬੀ ਦਾ ਕੀ ਨੂਣ ਟਿਲਕਦਾ ਹੈ, ਮੈਨੂੰ ਇਹ ਤਾਂ ਗੱਲ ਦੱਸ ਦਿਓ ਨਾ। ਨਾਲੇ ਤੂੰ ਕਹਿੰਦਾ ਕਿ ਮੈਂ ਕਹਿ ਦੂੰਗਾ ਹਰਪ੍ਰੀਤ ਨੂੰ ਵੀ ਇਹਨੂੰ ਛੱਡ ਆਊਗੀ 5-4 ਦਿਨਾਂ 'ਚ, ਤੇਰੀ ਹਿੰਮਤ ਹੈਗੀ ਆ ਵੀ ਹਰਪ੍ਰੀਤ ਨੂੰ ਤੂੰ ਕਹਿ ਦੇਂਗਾ? ਬੇ ਲੋਕ ਤਾਂ ਕਹਿੰਦੇ ਹੁੰਦੇ ਨੇ ਭਿੱਜੀ ਬਿੱਲੀ, ਬੇ ਤੂੰ ਤਾਂ ਭਿੱਜੀ ਬਾਂਦਰੀ ਬਣ ਰਿਹਾ ਕੰਜਰਾ, ਕੁਛ ਵੀ ਨਹੀਂ ਬੋਲਦਾ, ਉਹਦੇ ਮੂਹਰੇ ਜਮਾਂ ਹੀ ਲੱਗ ਗਿਆ, ਤੀਵੀਂ ਦੇ ਥੱਲੇ ਜਮਾਂ ਹੀ ਲੱਗ ਗਿਆ। ਹਾਂ ਭਰਜਾਈਆਂ ਤਾਂ ਹੋਰ ਆਂਢ ਗਵਾਂਢ 'ਚੋਂ ਬੰਦੇ ਨੂੰ ਚੱਲ ਚਿਹੇੜ ਕਰ ਦੇਣ, ਤੂੰ ਇੱਕ ਮਾਂ ਹੋ ਕੇ ਇੱਕ ਪੁੱਤ ਨੂੰ ਇਹ ਗੱਲ ਕਹਿ ਰਹੀ ਹੈ ਵੀ ਤੂੰ ਜਨਾਨੀ ਥੱਲੇ ਲੱਗ ਗਿਆ, ਤੇਰੇ ਵਾਲੀ ਜਮੀ ਕਮਾਲ ਦੀ ਗੱਲ ਹੈ। ਬੇ ਮੈਨੂੰ ਦੀਂਦਾ ਸਾਰਾ ਦਿਨ, ਮੈਂ ਦੇਖਦੀ ਆ ਪੂਛ ਹਲਿਆਉਂਦਾ ਐ ਉਹਦੇ ਮਗਰ ਮਗਰ ਐ ਫਿਰ ਦਾਰੂ। ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟਿਆ, ਪਹਿਲਾਂ ਵੀ ਕਹਿ ਕੇ ਹਟਿਆ ਵੀ ਬੰਦੇ ਨੂੰ ਆਪਦੇ ਟੱਬਰ ਦੀ ਵੀ ਕਿਸੇ ਵੇਲੇ ਸੁਣਨੀ ਪੈਂਦੀ ਹੈ, 100 ਦੁੱਖ ਸੁੱਖ ਕਰਨਾ ਪੈਂਦਾ, 100 ਸਲਾਹ ਮਸ਼ਵਰੇ ਹੁੰਦੇ ਨੇ, ਫਿਰ ਕਿਸੇ ਵੇਲੇ ਸੁਣੀਦੀ ਹੈ? ਸਾਰਾ ਦਿਨ ਤਾਂ ਨਹੀਂ ਉਹਦੇ ਕੰਨ ਕੋਲੇ ਬੈਠੀਦਾ, ਇਹ ਤਾਂ ਉਰਾਂ ਭਰਾਂ ਜਾਂਦਾ ਹੀ ਨਹੀਂ, ਖੇਤ ਜਾਊਗਾ ਤਾਂ ਆ ਕੇ ਬਹੂ ਦੇ ਸਰਾਣੇ, ਬਹੂ ਦੇ ਸਰਾਣੇ। ਕਦੇ ਮਾਂ ਨੂੰ ਪੁੱਛੇ ਵੀ ਮਾਂ ਤੂੰ ਕਿਵੇਂ ਬੈਠੀ ਹੈ, ਤੇਰਾ ਕੋਈ ਦੁੱਖਦਾ ਸੁੱਖਦਾ ਤਾਂ ਨਹੀਂ, ਮਾਂ ਕੋਈ ਦਵਾਈ ਬੂਟੀ ਲੈਣੀ ਹੈ, ਪੁੱਛੇ ਕਦੇ? ਉਹ ਬੀਬੀ ਮੈਂ ਨਾ ਸੱਚਿਓਂ ਭਿੱਗੀ ਬਾਂਦਰੀ ਬਣ ਗਿਆ, ਜੇ ਤੇਰੇ ਕੋਲੇ ਬਹਿਣਾ ਤਾਂ ਉਹ ਕਹਿ ਦਿੰਦੀ ਆ ਮੈਨੂੰ 4 ਗੱਲਾਂ, ਜੇ ਉਹਦੇ ਕੋਲੇ ਬਹਿਣਾ ਤਾਂ ਤੂੰ ਕਹਿ ਦਿੰਦੀ ਆ। ਮੇਰਾ ਤਾਂ ਇਹ ਕਦੇ ਕਦੇ ਇਹ ਜੀ ਕਰਦਾ ਬਾਪੂ ਵੀ ਫਾਹੀ ਲੈ ਕੇ ਮਰ ਜਾ ਯਾਰ ਪਰੇ, ਹੋਰ ਮੈਂ ਕੀ ਕਰਾਂ, ਮੈਂ ਨਾ ਵਿੱਚ ਵਿਚਾਲੇ ਫਸਿਆ ਪਿਆਗਾ। ਆ ਵਿਆਹ ਤੋਂ ਪਹਿਲਾਂ ਵਧੀਆ ਸੀਗਾ, ਆਪਦਾ ਕਰਦੇ ਸੀ ਖਾਂਦੇ ਸੀ, ਹੈ ਹੁਣ ਤੜਕੇ ਉੱਠਣ ਸਾਰ ਕਲੇਸ਼ ਸ਼ੁਰੂ ਹੋ ਜਾਂਦਾ, ਜਿੰਨਾ ਚਿਰ ਪੈਂਦੇ ਨਹੀਂ ਸੌਂਦੇ ਨਹੀਂ ਉਹਨਾਂ ਚਿਰ ਕਲੇਸ਼ ਹੀ ਚੱਲੀ ਜਾਂਦਾ ਆਪਣੇ ਘਰੇ। ਵਿਆਹ ਕਾਹਦਾ ਕਰ, ਮੈਂ ਤਾਂ ਜੰਗ ਲੱਗਦੀ ਆ, ਜੰਗ ਵੀ ਜੰਗ ਹੋ ਗਈ ਇੱਕ। ਐਂ ਕਰ ਕੰਜਰਾ, ਖੇਤ ਝੁੰਬੀ ਪਾ ਲੈ, ਉੱਥੇ ਬੈਠਾ ਰਿਹਾ ਕਰ, ਆਈ ਨਾ ਕਰ ਘਰੇ, ਦੇਖੀ ਜਾਊ ਜਿਹੜੀ ਸਾਡੇ 'ਚੋਂ ਤਕੜੀ ਹੋਊ ਆਪੀ ਜਿੱਤ ਲਿਆ ਕਰੂਗੀ, ਹੋ ਜਾ ਕਰਾਂਗੇ ਗੁੱਤ ਮਗੁੱਤੀ। ਫੌਜੀਆਂ ਵਾਂਗੂ ਟੈਂਟ ਲਾ ਲੈਣੇ, ਬਸ ਇੱਥੇ ਤੁਸੀਂ ਘਰੇ ਤੋਪਾਂ ਪੀੜੀ ਰੱਖਿਆ ਕਰੋ। ਵਧੀਆ ਹੈ, ਹਾਂ ਲੋਟ ਹੈ, ਜੰਗ ਲੋਟ ਹੈ। ਆਵਣਾ
ਉਰੇ ਆ ਆਉਣੀ ਆ ਜੀ। ਪਤਾ ਨਹੀਂ ਸੌਰੀ ਨੂੰ ਕੀ ਹੋਇਆ ਰਹਿੰਦਾ ਸਾਰਾ ਦਿਨ ਉਹੀ ਬੋਲੀ ਜਾਂਦੀ ਰਹਿੰਦੀ ਹੈ। ਕੀ ਹੋ ਗਿਆ? ਓਏ ਕਮਲ ਕਿਵੇਂ ਰੌਲਾ ਜਿਹਾ ਪਾਈ ਜਾਂਦੀ ਸੀ? ਪਤਾ ਨਹੀਂ ਭਾਈ ਅਜੇ ਤਾਂ ਦਿਮਾਗ ਨੂੰ ਕੀ ਹੋਇਆ, ਇਹ ਤਾਂ ਇੱਕ ਦੋ ਦਿਨ ਲੰਘਣ ਨਹੀਂ ਦਿੰਦੀ ਹੈਗੀ, ਕਦੇ ਕਿਸੇ ਨਾਲ ਬੋਲਣ ਲੱਗ ਜਾਂਦੀ ਹੈ, ਕਦੇ ਕਿਸੇ ਨਾਲ ਬੋਲਣ ਲੱਗ ਜਾਂਦੀ ਹੈ। ਮੇਰੇ ਤਾਂ ਇਹ ਘਰ ਦੀ ਕਹਾਣੀ ਨਾ ਸਮਝੋ ਬਾਹਰ ਹੋ ਗਈ। ਨਾ ਫੇਰ ਵੀ ਕੋਈ ਗੱਲ ਹੋਈ ਸੀ? ਗੱਲ ਤਾਂ ਕੁਛ ਨਹੀਂ ਹੋਣੀ, ਪਤਾ ਨਹੀਂ ਕੀ ਤਾਂ ਕਰਦੀ ਰਹੂ, ਕਦੇ ਕਿਸੇ ਚੀਜ਼ ਪਿੱਛੇ ਸੰਜੜੀ ਛੇੜ ਲਈ, ਕਦੇ ਕਿਸੇ ਪਿੱਛੇ, ਪਤਾ ਨਹੀਂ ਕੀ ਭਾਈ ਇਹਦੇ ਦਿਮਾਗ 'ਤੇ ਠੀਕਰਾ ਮੁੱਦਾ ਵੱਜੇ। ਸਮਝ ਨਹੀਂ ਆਉਂਦੀ ਗੱਲ ਦੀ ਵੀ ਇਹਨੂੰ ਹੋਇਆ ਕੀ ਹੈਗਾ। ਉਹੀ ਗੱਲ ਮੈਂ ਤੈਨੂੰ ਕਹੀ ਜਾਂਦਾ ਹੈਗਾ, ਫਿਰ ਉਦੋਂ ਜਾਏਂਗੀ ਜਦੋਂ ਆਪਣੀ ਬੇਇੱਜ਼ਤੀ ਕਰਕੇ ਇਹਨਾਂ ਨੇ ਆਪਾਂ ਨੂੰ ਘਰੋਂ ਕੱਢਤਾ, ਤਾਂ ਹੀ ਕਹਿਣਾ ਤੈਨੂੰ ਆਪਣੇ ਪਿੰਡ ਮੁੜ ਚੱਲ, ਚੰਗੀ ਰਹੇਗੀ। ਉਹ ਮੈਂ ਤੁਹਾਡੀ ਗੱਲ ਮੰਨਾਂ ਕਿ ਬਾਪੂ ਦੀ ਗੱਲ ਮੰਨਾਂ, ਮੈਂ ਜਦੋਂ ਤੁਸੀਂ ਉੱਥੇ ਗਏ ਸੀ ਨਾ ਮੇਰੀ ਗੱਲ ਸੁਣ, ਅਕਸਾਨੀ ਤਰਨੇ 'ਤੇ, ਉਦੇ ਮੈਂ ਬਾਪੂ ਨੂੰ ਆਖੀ ਸੀ ਇਹ ਗੱਲ। ਮੈਂ ਆਖਿਆ ਬਾਪੂ ਵੀ ਇਹ ਘਰ ਦਾ ਮਾਹੌਲ ਮੈਨੂੰ ਵਿਗੜਦਾ ਲੱਗਦਾ, ਵੀ ਇਹ ਗੱਲ ਨਾ ਹੋਵੇ ਆ ਕਰਮੇ ਕਿਆ ਹਾਲ ਕਰ ਲੈਣ। ਬਾਪੂ ਮੈਨੂੰ ਕਰਨ ਲੱਗ ਗਿਆ ਵੀ ਪੁੱਤ ਤੂੰ ਸਿਆਣੀ ਬਿਆਣੀ ਆ, ਉਹ ਨਿਆਣੇ ਨੇਗੇ, ਉਹਨਾਂ ਨੂੰ ਕੀ ਆ, ਉਹਨਾਂ ਨੂੰ ਤਾਂ ਐਂ ਆ ਵੀ ਚਾਰ ਪੈਸੇ ਹੱਥ 'ਚ ਆ ਜਾਣ, ਉਹ ਤਾਂ ਇੱਥੇ ਉਹੀ ਗੱਲ ਹੈ ਕਹਿੰਦਾ ਖੇਡੇ ਹੀ ਲਿਆ ਕੇ ਧਰ ਲੈਣਗੇ ਸਾਰੇ ਪੈਸਿਆਂ ਦੀਆਂ। ਕਿਉਂ ਤੂੰ ਐਵੇਂ ਕਹਿੰਦਾ ਸਿਆਣੀ ਬਿਆਣੀ ਆ, ਤੂੰ ਭਾਈ ਗੱਲਾਂ ਨੂੰ ਅਣਦੇਖਾ ਕਰਦੇ। ਹੁਣ ਸਾਹਮਣੇ ਮੱਥੇ ਤਾਂ ਮੈਨੂੰ ਬਹੂ ਨਹੀਂ ਕਹਿੰਦੀ ਕੁਛ, ਪਿੱਠ ਪਿੱਛੇ ਜੇ ਕੋਈ ਗੱਲ ਕਹਿੰਦੀ ਆ ਕਹਿੰਦਾ ਭਾਈ ਉਹਨੂੰ ਅਣਦੇਖਾ ਕਰਦੇ। ਹੁਣ ਮੈਨੂੰ ਦੱਸ ਮੈਂ ਕਿਹੜੇ ਖੂਹ 'ਚ ਡਿੱਗਾ? ਮੈਨੂੰ ਨਾ ਸਭ ਤੋਂ ਜ਼ਿਆਦਾ ਫਿਕਰ ਬਾਪੂ ਦੀ ਹੈ। ਦੇਖ ਇਹ ਮੇਰੇ ਪੇਕੇ ਖਰਚ ਕੋਈ ਨਹੀਂ ਰਿਹਾ, ਇੱਕ ਮੇਰਾ ਪਿਓ ਆ ਗਾ, ਜੇ ਮੇਰੇ ਗਏ ਬਾਅਦ ਮੇਰੇ ਪਿਓ ਨੂੰ ਕੁਛ ਹੋ ਗਿਆ ਫਿਰ ਕੀ ਕਰੂੰਗੀ ਮੈਂ? ਮੇਰਾ ਤਾਂ ਸਾਰੀ ਉਮਰ ਦੀ ਕੀਤੀ ਕਰੀ ਖੇਚ ਪੈ ਜੂਗੀ। ਓਏ ਆ ਇਸੇ ਗੱਲ ਤੋਂ ਤਾਂ ਚੁੱਪ ਕਰ ਜਾਂਦੇ ਹਾਂ ਵੀ ਇਹਨਾਂ ਦਾ ਕੌਣ ਹੈ ਵਿਚਾਰਿਆਂ ਦਾ, ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਅਮਨ ਮੈਂ ਤਾਂ ਤੈਨੂੰ ਇਹ ਗੱਲ ਕਹਿਣਾ ਵੀ ਕਿਤੇ ਕੱਲ੍ਹ ਨੂੰ ਇਹੋ ਜਿਹੀ ਕੋਈ ਗੱਲ ਨਾ ਬਣ ਜੇ, ਮੁੜ ਕੇ ਜਿਹੜਾ ਆਪਾਂ ਇੱਥੇ ਪੈਰ ਪਾਉਣ ਜੋਗਰੇ ਵੀ ਨਾ ਰਹੀਏ। ਚੱਲ ਕੋਈ ਗੱਲ ਨਹੀਂ, ਐਡਾ ਤਾਂ ਮੇਰੀ ਗੱਲ ਸੁਣ, ਆਪਣੇ ਹਰਜੀਤ ਨੂੰ ਸਾਰੀਆਂ ਗੱਲਾਂ ਦਾ ਪਤਾ, ਆਪਣਾ ਮੁੰਡਾ ਤਾਂ ਨਹੀਂ ਮਾੜਾ। ਚੱਲ ਕੋਈ ਨਹੀਂ, ਜਿਹੋ ਜਿਹਾ ਜਿਹਦਾ ਦਿਮਾਗ ਹੈ ਵਰਤੀ ਜਾਂਦੇ ਨੇਗੇ, ਆਪਾਂ ਤਾਂ ਭਰਜਾਈ ਦੇ ਅਤੇ ਪਿਓ ਦੇ ਮੂੰਹ ਨੂੰ ਬੈਠੇ ਹਾਂਗੇ ਇੱਥੇ, ਜਿਵੇਂ ਚੰਗਾ ਲੱਗਦਾ ਕਰੀ ਜਾਣ ਦੇ। ਦੁੱਖ ਤਾਂ ਬਹੁਤ ਹੁੰਦਾ ਜਦੋਂ ਇਸ ਘਰੇ ਕਿਚ ਕਿਚ ਹੁੰਦੀ ਹੈ, ਕਦੇ ਨਣਦ ਭਰਜਾਈ ਨੇ ਅਸੀਂ ਤਾਂ ਨਾ ਜਵਾਨ ਸਾਂਝੀ ਨੇ ਇੱਕ ਦੂਜੀ ਨਾਲ ਲੜ ਕੇ ਕੀਤੀ ਸੀ। ਓਏ ਉਹ ਤਾਂ ਚੱਲ ਵਿਚਾਰੀ ਭਗਤਣੀ ਹੈ, ਉਹਦਾ ਤਾਂ ਕੋਈ ਕਸੂਰ ਨਹੀਂ ਹੈਗਾ, ਇਹਦੀ ਮਾਂ ਆਈ ਸੀ ਉਹ ਨਹੀਂ ਇਹਨੂੰ ਕੁਛ ਸਮਝਾ ਕੇ ਗਈ? ਭਾਈ ਉਹਨੇ ਤਾਂ ਦੇਖ ਸਾਡੇ ਮੂੰਹ 'ਤੇ ਨਹੀਂ ਕੋਈ ਇਹਨੂੰ ਗੱਲ ਕਹੀ ਹੈਗੀ, ਹਰਜੀਤ ਦੇ ਸਾਹਮਣੇ ਉਸੇ ਨੂੰ ਝਿੜਕ ਕੇ ਗਈ ਹੈ। ਕਿਉਂ? ਹਰਜੀਤ ਮੈਨੂੰ ਸਾਰੀਆਂ ਗੱਲਾਂ ਦੱਸ ਦਿੰਦਾ, ਵਿੱਚ ਵਿੱਚ ਗੱਲਾਂ ਤਾਂ ਉਹਦੀ ਮਾਂ ਐਂ ਕਰਕੇ ਗਈ ਸੀ ਆ ਕਿ ਤੂੰ ਕਬੀਲਦਾਰੀ ਆਪਦੇ ਹੱਥ 'ਚ ਲੈ ਲੈ। ਇਹਨਾਂ ਦੇ ਨਾ ਲੋਕਾਂ ਦੇ ਮਨਾਂ 'ਚ ਆਹੀ ਵਹਿਮ ਹੋ ਜਾਂਦਾ ਵੀ ਜਦੋਂ ਸਾਡੀ ਕੁੜੀ ਵਿਆਹੀ ਗਈ ਸਾਰਾ ਪੈਸਾ ਧੇਲਾ ਸਾਡੀ ਕੁੜੀ ਕੋਲ ਆ ਜੇ, ਵੀ ਹੈ ਕਿਹਦਾ, ਇਕੱਲਾ ਤਾਂ ਜਵਾਕ ਆ ਸਾਡੇ। ਓਏ ਅਸੀਂ ਕਿਹੜਾ ਉਹਦਾ ਹੱਥ ਫੜਿਆ ਕਦੇ, ਜਾਂ ਬਾਪੂ ਨੇ ਉਹਦਾ ਹੱਥ ਫੜਿਆ, ਜਾਂ ਉਹਦੀ ਮਾਂ ਨੇ ਉਹਦਾ ਹੱਥ ਫੜਿਆ, ਸਾਰੀ ਕਬੀਲਦਾਰੀ ਹਰਜੀਤ ਕੋਲ ਹੈਗੀ, ਫਿਰ ਦੱਸ ਐਡੀ ਕੀ ਗੱਲ ਹੋ ਗਈ? ਚੱਲ ਨਿਆਣਾ ਅਸੀਂ ਕੀ ਕੋਈ ਵਿੱਚੋਂ ਰੁਪਈਏ ਖਾਣੇ ਨੇ ਕਹਿੰਦੇ ਉਹਦੇ? ਉਹ ਬਸ ਲੁੱਤੀਆਂ ਲਾਉਣ ਵਾਲੇ ਲੁੱਤੀਆਂ ਲਾ ਜਾਂਦੇ ਆ, ਜਿਵੇਂ ਹੁਣ ਮੇਰੀ ਗੱਲ ਸੁਣ ਭਾਬੀ ਨੂੰ ਲਾ ਜਾਂਦੇ ਸੀ ਲੁੱਤੀਆਂ, ਵੀ ਤੈਨੂੰ ਤਾਂ ਤੇਰੀ ਨਣ ਦਿਖਾਈ ਜਾਂਦੀ ਹੈ, ਨਣ ਦਿਖਾਈ ਜਾਂਦੀ ਹੈ, ਵੀ ਮੈਂ ਤਾਂ ਆਪਦਾ ਪੇਕਾ ਘਰਾਂ ਬਚਾਉਣ ਦੀ ਮਾਰੀ ਸਾਰਾ ਕੁਛ ਆਪਦਾ ਛੱਡੀ ਬੈਠੀ ਹਾਂ। ਮੇਰੀ ਸੁਣ ਲੈ ਗੱਲ, ਨਾਲੇ ਇਹੋ ਜਿਹੇ ਲੋਕਾਂ ਨਾਲ ਫਿਰ ਬਣਦੀਆਂ ਹੁੰਦੀਆਂ ਨੇ, ਆਹ ਹੁਣ ਦੂਜੇ ਘਰ ਵਾਲੇ ਨਹੀਂ ਦੇਖ, ਸਾਰਾ ਦਿਨ ਪਿੱਟੀ ਜਾਂਦੇ ਰਹਿੰਦੇ ਨੇ, ਉਹੀ ਗੱਲ ਸਮਝਣ ਨੂੰ ਬੰਦਾ ਚਾਹੇ ਨਾ ਹੀ ਸਮਝੇ, ਉਹ ਗੱਲ ਜੁਦਾਈ। ਉਹ ਫਿਰ ਜਿਹਨੇ ਨਹੀਂ ਸਮਝਣਾ ਉਹ ਤਾਂ ਸਾਰੀ ਉਮਰ ਹੀ ਨਹੀਂ ਸਮਝਦਾ, ਬਣੀ ਤਾਂ ਬਥੇਰੀਆਂ ਜਾਂਦੀਆਂ, ਇੱਕ ਹੱਥ ਕਰ ਲੈ ਇੱਕ ਹੱਥ ਭਰ ਲੈ, ਭਰੀ ਤਾਂ ਹੁਣ ਮੇਰੀ ਗੱਲ ਸੁਣ ਚਾਚੀ ਜਾਂਦੀ ਹੈ ਪਰ ਜਾਣਦਾ ਨਹੀਂ ਕੋਈ। ਉਹੀ ਤਾਂ ਗੱਲ ਹੈ, ਚੱਲ ਕੋਈ ਨਹੀਂ ਦੇਖਦੇ ਹਾਂ ਕੀ ਬਣਦਾ। ਕੀ ਪਾਥੀਆਂ ਲੈਣ ਆਈ ਸੀ? ਮੈਂ ਤਾਂ ਪਾਥੀਆਂ ਚੱਕਣ ਆਈ ਸੀ, ਮੈਂ ਤੈਨੂੰ ਐਂ ਕਹਿਣੀ ਹੈ, ਦੇਖ ਤੈਨੂੰ ਬਹੂ ਕੁਛ ਕਹਿੰਦੀ ਨਹੀਂ, ਐਵੇਂ ਤੂੰ ਨਾ ਬੋਲੀ, ਮੈਨੂੰ ਤਾਂ ਜੇ ਇੱਕ ਗੱਲ ਕਹੀ ਲੂ ਤਾਂ ਵੀ ਕੋਈ ਗੱਲ ਨਹੀਂ, ਜੇ ਤੈਨੂੰ ਬਹੂ ਨੇ ਕੁਛ ਕਹੇ ਤਾਂ ਮੁੜ ਕੇ ਮੈਥੋਂ ਵੀ ਨਹੀਂ ਸਹਾਰਿਆ ਜਾਣਾ। ਉਹ ਚੱਲ ਕੋਈ ਗੱਲ ਨਹੀਂ, ਮੈਂ ਤਾਂ ਕੁਛ ਨਹੀਂ ਬੋਲਦਾ ਹੈਗਾ, ਮੈਂ ਤਾਂ ਤੈਨੂੰ ਕਹਿ ਸਕਦਾ, ਹੋਰ ਮੈਂ ਕਿਹਨੂੰ ਕਹਿਣਾ। ਚੱਲ ਕੋਈ ਨਹੀਂ ਦੇਖਦੇ, ਜਿਵੇਂ ਚੱਲੀ ਜਾਂਦਾ ਚੱਲੀ ਜਾਣ ਦੇ।
ਪਤਾ ਲੱਗ ਜੂ ਕਿੱਥੇ ਕੁ ਤੱਕ ਜਾਂਦੇ ਨੇ। ਸਹੀ ਗੱਲ ਹੈ, ਚਲੋ ਆ ਮਾਰ ਦੇ ਸੰਨੀ ਚ ਹੱਥ। ਉਹ ਇਹ ਤਾਂ ਮਾਰਨਾ ਦੇਖੀ ਜਾਊ ਭਾਈ, ਗੱਲ ਸਹੀ ਹੈ। ਇਹ ਵੀ ਕੀ ਕਰੇ ਵਿਚਾਰੀ, ਉਹੀ ਗੱਲ ਮੈਂ ਇਹਨੂੰ ਕਹਿ ਦਿੰਦਾ, ਇਹ ਵੀ ਸਾਰਾ ਪਾਸੇ ਦੇਖਦੀ ਹੈ ਵਿਚਾਰੀ ਵੀ ਕੀ ਗੱਲ ਹੈ। ਹਾਂਜੀ ਸਤਿ ਸ਼੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।